ਕੀ ਕਰੀ ਜਾਂਦੇ ਹੋ ਬਾਪੂ ਜੀ? ਉਹ ਕੁਛ ਨੀ ਪੁੱਤ, ਬਸ ਆ ਮੱਝਾਂ ਜਿਹਨੂੰ ਹਰਾ ਪਾਉਂਦਾ ਸੀ। ਤੁਸੀਂ ਤਾਂ ਨਾ ਸਾਰਾ ਦਿਨ ਨੀ ਬਹਿੰਦੇ ਹੈਗੇ, ਝੱਟ ਬਿੰਦ ਘੜੇ ਆਰਾਮ ਕਰ ਲਿਆ ਕਰੋ ਤੁਸੀਂ ਵੀ। ਕੋਈ ਨਾ ਪੁੱਤ, ਆਰਾਮ ਕਰਨ ਤੀ ਹਾਂ, ਮੈਂ ਕਿਹਾ ਮਹਾਂ ਖਰਾਬ ਹੋ ਜੂ ਫਿਰ ਸਾਰਾ। ਚਲੋ ਠੀਕ ਆ, ਤੁਸੀਂ ਕਿਹੜਾ ਅੱਖੇ ਤੋਂ ਬੈਠਣਾ? ਮੈਂ ਤਾਂ ਇਹ ਕਹਿੰਦੀ ਸੀ ਕਿ ਮੈਂ ਨਾ ਉਹ ਮੇਰੀ ਸਹੇਲੀ ਨੇ ਹੈਗੇ ਚਰਨੋ, ਉਹਨਾਂ ਦੇ ਘਰੇ ਜਾ ਕੇ ਆਉਣਾ ਜੀ। ਉਹਨਾਂ ਦੇ ਘਰ ਜਾਣਾ ਪੁੱਤ? ਤੈਂ ਉਹ ਨਾ ਉਹਦਾ ਅਗਲੇ ਮਹੀਨੇ ਵਿਆਹ ਨਹੀਂ ਹੈਗਾ, ਉਹਦੇ ਨਾ ਦਾਜ ਦਾ ਸਮਾਨ ਆਇਆ ਤੇ ਮੈਂ ਉਹ ਦੇਖਣ ਜਾਣਾ। ਅੱਛਾ ਅੱਛਾ, ਦੇਖਿਆ ਮੈਂ ਬਾਪੂ। ਚੱਲ ਕੋਈ ਨਾ, ਦੇਖਿਆ ਪੁੱਤ, ਛੇਤੀ ਆ ਜੀ ਮਾੜਾ ਜਾ। ਨਾ ਨਾ ਬਾਪੂ, ਮੈਂ ਘੰਟਾ ਕੇ ਲਾ ਕੇ ਆਉਂਗੀ, ਬਾਲਾ ਟਾਈਮ ਨਹੀਂ ਲਾਉਂਦੀ ਹੈਗੀ। ਦੇਖਿਆ ਦੇਖਿਆ, ਤੇਰਾ ਵੀ ਹੁਣ ਕਰਦੇ ਆ 5-4 ਮਹੀਨਿਆਂ 'ਚ ਵਿਆਹ ਹੋਣਾ। ਆਹੋ, ਤੁਸੀਂ ਤਾਂ ਮੇਰੇ ਬਾਅਦ ਤੇ ਭਾਗ ਜਾ ਕਰੋ, ਮੈਂ ਨਹੀਂ ਹਜੇ ਵਿਆਹ ਕਰਾਉਣਾ। ਉਹ ਪੁੱਤ, ਹੁਣ ਤਾਂ ਉਮਰ ਹੋਈ ਪਈ ਆ, ਹੁਣ ਕਰਾਉਣਾ ਤਾਂ ਹੈਗੀ ਆ, ਮੇਰੀ ਜ਼ਿੰਮੇਵਾਰੀ ਪੂਰੀ ਹੋ ਜੂਗੀ। ਲੈ ਆ ਕਿ ਉਮਰ ਹੋਈ ਪਈ ਆ, ਹਜੇ ਮੇਰੀ ਪੜ੍ਹਾਈ ਤਾਂ ਪੂਰੀ ਹੋਈ ਨਹੀਂ ਹੈਗੀ, ਮੇਰੀ ਪੜ੍ਹਾਈ ਪੂਰੀ ਹੋ ਜਾਣ ਦੋ, ਨਾਲੇ ਜੇ ਮੈਂ ਇੰਨੀ ਛੇਤੀ ਵਿਆਹ ਕਰਾ ਲਿਆ ਫਿਰ ਤੁਹਾਡਾ ਖਿਆਲ ਕੌਣ ਰੱਖੂਗਾ? ਕੋਈ ਨਾ ਪੁੱਤ, ਹੁਣ ਤੂੰ ਖਿਆਲ ਰੱਖੂਗੀ ਸਾਰੀ ਉਮਰ, ਉਹ ਤਾਂ ਨਹੀਂ ਬੈਠਣਾ। ਚਲੋ ਠੀਕ ਆ, ਮੈਂ ਤਾਂ ਜਾਣਦੀ ਹਾਂ, ਤੁਸੀਂ ਤਾਂ ਹੋਰ ਹੀ ਗੱਲਾਂ ਲੈ ਕੇ ਬਹਿ ਜਾਂਦੇ ਹੋ। ਕੋਈ ਨਾ ਛੇਤੀ ਆ ਜੀ ਮਾੜਾ ਜਾ। ਇਹ ਵੀ ਬੋਲੀ ਮਾੜੀ ਜੀ ਗੱਲ ਦਾ ਗੁੱਸਾ ਕਰਕੇ ਖੜਦੇ ਨੇ, ਵੀ ਹੁਣ ਤੇਰਾ ਵਿਆਹ ਕਰਨਾ ਨਹੀਂ ਹੈਗਾ, ਹੋਰ ਪੂਰੀ ਬੈਠੀ ਰਹੇਗੀ, ਵੀ ਪਰਾਂ ਮੇਰੀ ਜ਼ਿੰਮੇਵਾਰੀ ਹੋ ਜੂਗੀ ਪੂਰੀ, ਬੁੜੇ ਹੋਏ ਪਏ ਆ ਹੁਣ। ਆਈ ਨਹੀਂ ਪ੍ਰੀਤ ਲਾਰਾ ਲਾ ਕੇ ਹਜੇ ਤੱਕ, ਜੋ ਲੱਸੀ ਲੈਣ ਆਈ ਸੀ ਕਹਿੰਦੀ ਸੀ ਮੈਂ ਘੰਟੇ 'ਚ ਆ ਗਈ, ਮੈਨੂੰ ਤਾਂ ਉਡੀਕਦੇ ਨੂੰ ਡੇਢ ਘੰਟਾ ਹੋ ਗਿਆ, ਮੇਰੇ ਹਿਸਾਬ ਨਾਲ ਇੱਥੇ ਪਾਲੇ ਮਾਰੂਗੀ ਅੱਜ ਤਾਂ। ਕਹਿੰਦੀ ਸੀ ਬਾਗ 'ਚ ਰੋਜ਼ ਮਿਲਣ ਆਇਆ ਕਰੂੰ, ਜਿੱਦੇ ਦੀ ਧੁੱਪ ਜੀ ਨਿਕਲਣ ਹਟੀ ਆ ਉਹਦੇ ਦੀ ਆਈ ਨਹੀਂ, ਰੋਜ਼ ਬਾਗ ਦੇ ਵਿੱਚ ਅਮਰੂਦਾਂ ਦੇ ਪੱਤੇ ਦੇਖ ਕੇ ਮੁੜ ਜਾਂਦੇ ਹੈਗੇ, ਆਪਣੀ ਵੀ ਕਾਹਦੀ ਜ਼ਿੰਦਗੀ ਆ। ਪਰ ਅੱਜ ਤਾਂ ਕਹਿੰਦੀ ਸੀ ਪੱਕਾ ਆਉਂ, ਲੈ ਆ ਗਈ। ਕੀ ਬੁੜਬੜਾਈ ਜਾਂਦੇ ਹੋ, ਮੈਨੂੰ ਐਂ ਦੱਸੋ ਪਹਿਲਾਂ ਤਾਂ। ਉਹ ਬਸ ਜਨਾਬ ਸੋਨੂੰ ਉਡੀਕਦੇ ਸੀ। ਲਓ ਫਿਰ ਹੋ ਗਈ ਤੁਹਾਡੀ ਉਡੀਕ ਪੂਰੀ, ਚੰਗੀ ਗੱਲ ਆ। ਅੱਛਾ ਜੀ, ਕੀ ਚੰਗੀ ਗੱਲ ਹੈ? ਤੂੰ ਆ ਗਈ, ਤੇਰਾ ਸੋਹਣਾ ਸੋਹਣਾ ਮੁਖੜਾ ਦੇਖਣ ਨੂੰ ਮਿਲ ਗਿਆ। ਅੱਛਾ ਜੀ, ਇਸ ਤੋਂ ਬਾਅਦ ਮੇਰੇ ਵਾਸਤੇ ਕੀ ਚੰਗੀ ਗੱਲ ਹੋ ਸਕਦੀ ਆ? ਓਹੋ, ਇੰਨੀ ਉਡੀਕ ਕਰ ਰਹੇ ਸੀ ਮੇਰੀ? ਉਡੀਕ ਤਾਂ ਹੁੰਦੀ ਆ, ਤੇਰੀ ਨਹੀਂ ਉਡੀਕ ਕਰੂੰਗਾ, ਹੋਰ ਕਿਹਦੀ ਕਰੂੰਗਾ। ਇਹ ਤਾਂ ਹੈ, ਹੋਰ ਕਰਕੇ ਵੀ ਦੇਖੋ ਕਿਸੇ ਦੀ, ਦੱਸ ਦੂ ਪਤਾ ਨਾਲੇ। ਹਾਂ, ਉਹ ਅਸੀਂ ਤਾਂ ਭੋਲੇ ਭਾਲੇ ਬੰਦੇ ਆ, ਅਸੀਂ ਹੋਰ ਕਿਹਦੀ ਉਡੀਕ ਕਰਨੀ ਆ। ਅੱਛਾ ਜੀ, ਭੋਲਾ ਬਾਲਾ ਜਾਦੇ। ਓਹੋ, ਰਹਿਣ ਦੋ, ਤੁਹਾਡੇ ਵਰਗੇ ਭੋਲੇ 5-4 ਹੋਰ ਹੋਣ ਨਾ, ਬਸ ਫਿਰ ਤਾਂ ਹੋ ਗਈਆਂ ਗੱਲਾਂ। ਮੇਰੇ ਵਰਗਾ ਭੋਲਾ ਤਾਂ ਬਣਨਾ ਔਖਾ, ਹਰੇਕ ਬੰਦੇ ਦੇ ਵੱਸ ਦੀ ਗੱਲ ਨਹੀਂ ਹੈਗੀ। ਹਾਂ ਇਹ ਤਾਂ ਹੈ, ਭੋਲਾ ਤਾਂ ਤੂੰ ਬਹੁਤ ਹੈ ਵੈਸੇ, ਤੁਹਾਨੂੰ ਪਤਾ, ਤਾਂ ਹੀ ਤਾਂ ਤੇਰਾ ਦਿਲ ਆ ਗਿਆ ਹੈ ਕਿ ਨਹੀਂ? ਹਾਂ ਇਹ ਤਾਂ ਗੱਲ ਹੈ, ਮੇਰਾ ਦਿਲ ਤਾਂ ਤੇਰੇ ਭੋਲੇਪਨ ਨੇ ਜਿੱਤ ਲਿਆ। ਤੁਹਾਨੂੰ ਪਤਾ ਅੱਜ ਬਾਪੂ ਨੂੰ ਬਹਾਨਾ ਲਾ ਕੇ ਆਈ ਹਾਂ ਮੈਂ। ਅੱਛਾ, ਅੱਜ ਕੀ ਬਹਾਨਾ ਲਾਇਆ ਫਿਰ? ਅੱਜ ਮੈਂ ਕਿਹਾ ਮੈਂ ਤਾਂ ਮੇਰੀ ਸਹੇਲੀ ਕੋਲ ਜਾਂਦੀ ਹਾਂ ਚਰਨੋ ਕੋਲੇ। ਚੱਲ ਵਧੀਆ, ਬਹਾਨੇ ਤੈਨੂੰ ਬਹੁਤ ਬਣਾਉਣੇ ਆਉਂਦੇ ਆ ਹਨਾ। ਲੈ ਬਣਾਉਣੀ ਵੀ ਤਾਂ ਤੁਹਾਡੇ ਵਾਸਤੇ ਆ, ਜੇ ਨਹੀਂ ਬਣਾਉਂਗੀ ਪਰ ਤੁਹਾਡੇ ਕੋਲੇ ਕਿਵੇਂ ਆਉਂਗੀ? ਅੱਜ ਕੀ ਕਿਹਾ ਵੀ ਅੱਜ ਚਰਨੋ ਕੋਲੇ ਕੀ ਕੰਮ ਜਾਂਦੀ ਆ ਫਿਰ? ਚਰਨੋ ਕੋਲੇ ਮੈਂ ਕਿਹਾ ਉਹਦਾ ਅਗਲੇ ਮਹੀਨੇ ਦਾ ਵਿਆਹ, ਮੈਂ ਕਿਹਾ ਉਹਦਾ ਵਿਆਹ ਦਾ ਸਮਾਨ ਹੈ, ਮੈਂ ਦੇਖਣ ਜਾਂਦੀ ਆ। ਅੱਛਾ, ਤੇ ਅੱਗੋਂ ਬਾਪੂ ਨੇ ਹੋਰ ਹੀ ਗੱਲ ਨਾ ਕੱਢ ਕੇ ਮਾਰੀ ਮੇਰੇ ਮੂਹਰੇ। ਕੀ ਕਹਿੰਦਾ? ਮੈਨੂੰ ਕਹਿੰਦਾ ਤੇਰਾ ਵੀ ਵਿਆਹ ਕਰ ਦਾਂਗੇ 5-4 ਮਹੀਨਿਆਂ ਨੂੰ, ਫਿਰ ਤੇਰੇ ਵਿਆਹ ਦਾ ਸਮਾਨ ਵੀ ਸਾਰੀਆਂ ਕੁੜੀਆਂ ਦੇਖਣ ਆਉਣਗੀਆਂ। ਚਾਚੀ ਮੈਨੂੰ ਉਹ ਗੱਲ ਜਮਾਂ ਚੰਗੀ ਨਹੀਂ ਲੱਗੀ। ਫਿਰ ਕਰਾ ਲਈ ਭਾਈ, ਕੀ ਕਰਾ ਲਈ, ਤੇ ਤੁਹਾਡਾ ਕੀ ਬਣੂਗਾ? ਉਹ ਮੇਰੇ ਨਹੀਂ ਕਹਿਣਾ, ਫਿਰ ਸਮਾਨ ਤਾਂ ਆਊਗਾ ਹੀ, ਤੁਸੀਂ ਕਰਾ ਲਓਗੇ? ਹੋਰ ਮੈਂ ਕਿਹਦੇ ਨਾਲ ਕਰਾਉਣਾ ਵਿਆਹ? ਤੇਰੇ ਨਹੀਂ ਕਰਾਉਣਾ, ਮੇਰਾ ਕਿਹੜਾ ਕੋਈ ਹੈਗਾ, ਮਾਂ ਪਿਓ ਸੀ
ਉਹ ਛੋਟੇ ਹੁੰਦਿਆਂ ਨੇ ਮੁੱਕ ਗਏ। ਹੁਣ ਤਾਂ ਆਪਦੀ ਮਰਜ਼ੀ ਹੈ ਕਿਹਦੇ ਨਾਲ ਕਰਾਉਣਾ ਜਾਂ ਛੜੇ ਰਹਿਣਾ ਗਾ। ਬਸ ਹੁਣ ਤਾਂ ਤੇਰੇ 'ਤੇ ਗੱਲ ਖੜੀ ਆ, ਤੂੰ ਜਦੋਂ ਬਾਪੂ ਨਾਲ ਗੱਲ ਕਰੇਂਗੀ ਉਦੋਂ ਵਿਆਹ ਕਰਾ ਲਵਾਂਗਾ। ਬਾਪੂ ਨਾਲ ਗੱਲ? ਹਾਂ, ਮੈਨੂੰ ਨਾ ਡਰ ਜਿਹਾ ਲੱਗਦਾ ਬਾਪੂ ਨਾਲ ਗੱਲ ਕਰਦੇ ਹੋਏ, ਆਪਦੇ ਵਿਆਹ ਦੀ ਗੱਲ, ਉਹ ਵੀ ਬਾਪੂ ਨਾਲ, ਉਹ ਵੀ ਮੈਂ। ਹੋਰ ਕੌਣ ਕਰੂਗਾ? ਹੁਣ ਮੈਂ ਜਾ ਕੇ ਕਰਾਂ? ਬਾਪੂ ਤੁਸੀਂ ਤਾਂ ਸਿੱਧਾ ਹੱਥ ਮੰਗਦਾ, ਹਲਾ ਜੁੱਤੀਆਂ ਮਾਰ ਮਾਰ ਕੱਢ ਦੂਗਾ। ਲੈ ਤੁਸੀਂ ਕਰਕੇ ਦੇਖ ਲਓ ਕੀ ਪਤਾ ਬਾਪੂ ਮੰਨ ਹੀ ਜਾਵੇ। ਨਾ ਨਾ, ਮੈਨੂੰ ਤਾਂ ਲੱਗਦਾ ਡਰ। ਬਾਕੀ ਬਗਾਨੇ ਬਗਾਨੇ ਪਿੰਡ ਦੀ ਹੁੰਦੀ ਕੋਈ ਵਿਚੋਲਾ ਹੀ ਪਾ ਦੇ। ਹੁਣ ਜਿਹੜੇ ਵਿਚੋਲੇ ਕੋਲ ਜਾਊਂਗਾ ਪਹਿਲਾਂ ਚਾਰ ਜੁੱਤੀਆਂ ਮੇਰੇ ਜਾਊਗਾ ਵੀ ਸਾਰਾ ਤੂੰ ਕੀ ਉਹ ਪਿੰਡ ਦੀ ਕੁੜੀ ਨਹੀਂ ਵਿਆਹ ਕਰਾਉਣ ਨੂੰ ਫਿਰਦਾ ਹੈ। ਹਾਂ, ਆਹ ਤਾਂ ਔਖਾ ਹੋ ਗਿਆ। ਮੈਨੂੰ ਵੀ ਨਾ ਬਾਪੂ ਨਾਲ ਗੱਲ ਕਰਦੇ ਬਾਹਲਾ ਡਰ ਲੱਗਦਾ ਵੀ ਮੈਂ ਕੀ ਕਹੂੰਗੀ ਤੁਹਾਡੇ ਬਾਰੇ। ਸੱਚੀ ਆਹ ਗੱਲ ਸੋਚ ਕੇ ਨਾ ਮੈਨੂੰ ਇੰਨੀ ਟੈਨਸ਼ਨ ਹੋ ਜਾਂਦੀ ਹੈ। ਹੁਣ ਤਾਂ ਪੋ ਮਾਗ ਜਾ ਲੰਘ ਗਿਆ, ਹੁਣ ਤਾਂ ਆਪਾਂ ਅਗਲੇ ਸਾਲ ਹੀ ਕਰਾਈਏ ਫਿਰ ਵਿਆਹ ਹੈ। ਕਿ ਫੱਗਣੀ ਇਹ 'ਚ ਖੰਡਾ ਕੱਢਦੀ ਹੈ ਪਰ ਤੂੰ ਗੱਲ ਹੀ ਨਹੀਂ ਕਰਦੀ। ਲਓ ਗੱਲ ਤਾਂ ਮੈਂ ਕਰ ਲਾਂ, ਦੱਸ ਤਾਂ ਰਹੀ ਹੈ। ਤੁਹਾਨੂੰ ਮੇਰੇ ਬਾਪੂ ਦੀਆਂ ਜੁੱਤੀਆਂ ਨਾਲ ਡਰ ਹੈ? ਇਹ ਸੋਚੋ ਮੈਂ ਕੁੜੀ ਹਾਂ, ਮੈਨੂੰ ਕਿੰਨਾ ਡਰ ਹੋਊਗਾ। ਮੈਨੂੰ ਤਾਂ ਬਾਪੂ ਗਲ ਘੁੱਟ ਕੇ ਮਾਰ ਦੂ, ਕਹੂਗਾ ਖੜ ਜਾ ਤੇਰਾ ਤਾਂ ਵਿਆਹ ਮੈਂ ਕਰਦਾ। ਅੱਜ ਤੱਕ ਆਪਣੇ ਘਰ ਦੀ ਕਿਸੇ ਕੁੜੀ ਨੇ ਆਪਦੀ ਵਿਆਹ ਦੀ ਗੱਲ ਆਪ ਥੋੜ੍ਹੀ ਕੀਤੀ ਹੈ ਕਦੇ। ਨਾਲ ਤੁਹਾਨੂੰ ਪਤਾ ਹੀ ਹੈ ਮੈਂ ਆਪਦੇ ਵਿਆਹ ਦੀ ਗੱਲ ਕਰਦੀ ਚੰਗੀ ਥੋੜ੍ਹੀ ਲੱਗਦੀ ਹਾਂ। ਪੱਛੋਂ ਯਾਰ ਠੰਡੀ ਠੰਡੀ ਵਗਦੀ, ਮੈਨੂੰ ਤਾਂ ਪਾਲੀ ਬਹੁਤ ਲੱਗੀ ਜਾਂਦਾ, ਹੁਣ ਦੱਸ ਕੀ ਕਰਾਂ। ਲਓ ਕਰਨਾ ਕੀ ਹੈ, ਲੋਈ ਲੈ ਕੇ ਆਉਣੀ ਸੀ ਫਿਰ। ਓਹੋ, ਮੈਨੂੰ ਪਤਾ ਹੀ ਨਹੀਂ ਸੀ ਵੀ ਤੂੰ ਇੰਨਾ ਟਾਈਮ ਲਾ ਦੇਂਗੀ, ਮੈਂ ਤਾਂ ਠਹਿਰੀ ਜਾਂਦਾਗਾ। ਲੋ ਤੁਸੀਂ ਤਾਂ ਫਿਰ ਵੀ ਸਵੈਟਰ ਪਾਇਆ ਹੋਇਆ, ਮੈਨੂੰ ਦੇਖੋ ਮੈਂ ਇਕੱਲੀ ਚੁੰਨੀ 'ਚ, ਮੈਨੂੰ ਕਿੰਨੀ ਠੰਡ ਲੱਗਦੀ ਹੋਊਗੀ। ਆਹਾ, ਜਿਹੜੀ ਕੋਟੀ ਪਾਈ ਆ ਇਹ ਤਾਂ ਪਾਈ ਆ, ਫਿਰ ਤੁਸੀਂ ਲੋਈ ਲੈ ਕੇ ਆਉਣੀ ਸੀ। ਚਲ ਅਗਲੀ ਵਾਰੀ ਲੋਈ ਲੈ ਆਵਾਂਗੇ, ਇਦੋਂ ਬਾਅਦ ਤਾਂ ਪਰ ਠੰਡ ਘੱਟ ਜਾਊਗੀ ਅੱਗੇ। ਚਲੋ ਘੱਟ ਜੇ ਵਧੀਆ ਹੈ। ਅਤੇ ਹੁਣ ਕੀ ਹੱਲ ਕਰੀਏ ਫਿਰ, ਕਿਹੜਾ ਵਿਚੋਲਾ ਪਾਈਏ? ਹੁਣ ਕੀ ਦੱਸਾਂ, ਗੱਲ ਤਾਂ ਆਪ ਨੂੰ ਹੀ ਕਰਨੀ ਪਊਗੀ। ਕਦੇ ਕਦੇ ਤਾਂ ਐਂ ਲੱਗਦਾ, ਕਦੇ ਕਦੇ ਡਰ ਜਾ ਵੀ ਲੱਗਦਾ। ਹੁਣ ਤੁਸੀਂ ਦੱਸੋ ਮੈਂ ਕੀ ਕਰਾਂ। ਬਸ ਕੋਈ ਨਾ, ਤੂੰ ਐਂ ਕਰ, ਅਤੇ ਮੈਂ ਕਿਤੇ ਬਾਹਰ ਜਾਣਾ ਗਾ ਕੁਛ ਕੁ ਦਿਨਾਂ ਵਾਸਤੇ, ਅਤੇ ਉਦੋਂ ਬਾਅਦ ਆ ਕੇ ਤੈਨੂੰ ਮਿਲਣ ਤੋਂ ਪਹਿਲਾਂ ਮੈਂ ਗੱਲ ਕਰਕੇ ਰੱਖੂੰਗਾ ਕਿਸੇ ਨਾ ਕਿਸੇ ਨਾਲ। ਬਾਹਰ? ਬਾਹਰ ਕਿੱਥੇ ਜਾਣਾ? ਉਹ ਥੋੜ੍ਹਾ ਕਿਸੇ ਮੁੰਡੇ ਨਾਲ ਰਿਸ਼ਤੇਦਾਰੀ ਜਾ ਕੇ, ਉਹਨੂੰ ਯੂਪੀ ਕਹਿਣੀ, ਉਹਨਾਂ ਦੀ ਰਿਸ਼ਤੇਦਾਰੀ, ਉਹਨਾਂ ਦੇ ਵਿਆਹ ਜਾਗਾ। ਐ ਨਾ ਹੋਵੇ ਤੁਸੀਂ ਬਾਗ ਜੋ ਲਾਰਾ ਲਾ ਕੇ ਤੇ ਮੁੜ ਕੇ ਆਓ ਨਾ, ਤੇ ਇੱਥੇ ਬਾਪੂ ਮੇਰਾ ਵਿਆਹ ਕਿਤੇ ਹੋਰ ਕਰ ਦੇ। ਉਹ ਨਹੀਂ, ਬਸ ਕੋਈ ਨਾ ਕੋਈ ਹਫ਼ਤੇ ਦਾ ਗੱਲ ਆ ਸਾਰੀ, ਉਦੋਂ ਬਾਅਦ ਮੈਂ ਆ ਕੇ ਕੋਈ ਵਿਚੋਲਾ ਲੱਭਦਾ। ਅਸਲ ਤਾਂ ਮੈਂ ਉਹ ਮੁੰਡੇ ਨੂੰ ਕਹੂੰ ਵੀ ਤੇਰੇ ਬਾਪੂ ਨਾਲ ਗੱਲ ਕਰ ਲਈ, ਪਰ ਉਹ ਵੀ ਡਰਦਾ ਵਾ, ਅਸੀਂ ਕੋਈ ਨਾ ਕੋਈ ਵਿੱਚ ਬੰਦਾ ਪਾ ਕੇ ਛੇਤੀ ਕਰਦੇ ਹਾਂ ਗੱਲ। ਤੂੰ ਕਰ ਲਓ ਫਿਰ, ਫਿਕਰ ਨਾ ਕਰ ਮੱਖਿਆ, ਤੂੰ ਮੈਨੂੰ ਤਾਂ ਕੰਮ ਬਈ ਬਹੁਤ ਚੜੀ ਜਾਂਦਾ, ਹੁਣ ਕੀ ਕਰਾਂ। ਖੜੇ ਹੋ ਜਾਓ, ਚਲੋ ਘਰੇ, ਨਾਲੇ ਹਾਂ ਇੱਥੇ ਬੈਠੇ ਰਹਿੰਦੇ ਹੋ ਬਾਗ 'ਚ, ਬਾਗ ਕਾਹਦਾ ਲੈ ਲਿਆ, ਮੈਂ ਕਹਿੰਦੀ ਹਾਂ ਇੱਥੋਂ ਹੀ ਨਹੀਂ ਨਿਕਲਦੇ, ਪਤਾ ਨਹੀਂ ਕੀ ਰੱਖਿਆ ਹੋਇਆ। ਚੱਲ ਚੱਲਦੇ ਆਪਾਂ ਇਕੱਠੀ ਚੱਲਦੇ ਹਾਂ। ਚਲੋ ਆਜੋ, ਚੱਲੀਏ। ਐਡੀ ਕਾਲੀ ਆ, ਖੜਤਾ ਜਾ 2 ਮਿੰਟ। ਕਾਲੀ ਹੈ ਗਿਆ, ਬਾਪੂ ਨੇ ਇੱਕ ਘੰਟਾ ਕਹਿ ਕੇ ਆਈ ਸੀ, ਆਉਂਦੇ ਜਾਂਦੇ ਨੂੰ ਹੀ ਘੰਟਾ ਲੱਗ ਜਾਂਦਾ, ਇੱਥੇ ਬੈਠਣ ਦਾ ਕਿਹੜਾ ਟਾਈਮ ਰਹਿ ਗਿਆ। ਚੱਲ ਆਏ, ਚੱਲੀਏ ਫਿਰ, ਕਿਤੇ ਵੀ ਦੇਖ ਨਾ। ਇੰਨੀ ਦੂਰ ਕਹਿ ਦੂ, ਇੱਥੇ ਆ ਜਾਈ, ਉੱਥੇ ਆ ਜਾਈ। ਚੱਲ ਅਗਲੀ ਵਾਰੀ ਦੇਖਦੇ ਹਾਂ ਕਿਤੇ ਹੋਰ ਮਿਲ ਲਾਂਗੇ ਕਿ ਇੱਥੇ ਮਿਲੀਏ। ਤੁਹਾਡੀ ਮਰਜ਼ੀ ਹੈ, ਜਿੱਥੇ ਮਰਜ਼ੀ ਬੁਲਾ ਲਓ, ਮੈਂ ਤਾਂ ਆ ਹੀ ਜਾਣਾ। ਇੱਥੇ ਆਇਆ, ਮੈਂ ਪੜਦਾ ਆਇਆ ਥੋੜਾ ਆ, ਕੋਈ ਦੇਖਦਾ ਦੁਖਦਾ ਨਹੀਂ ਹੈਗਾ। ਠੀਕ ਹੈ, ਤੁਸੀਂ ਇੰਨਾ ਸੋਚਦੇ ਤਾਂ ਹੈਗੇ ਹੋ। ਚਲੋ ਆਜੋ, ਚੱਲੀਏ। ਉਹ ਖੜਤਾ ਜਾ। ਹਾਂ ਰੁਕ ਤਾਂ, ਮੇਰੀ ਗੱਲ ਤਾਂ ਸੁਣ। ਹਾਂ ਦੱਸੋ। ਮੈਂ ਮੋਟਰ ਬੰਦ ਕਰਕੇ ਆਉਣਾਗਾ, ਤੂੰ ਚੱਲ। ਠੀਕ ਆ, ਆਪਾਂ ਅਗਲੀ ਵਾਰੀ ਮਿਲਦੇ ਹਾਂਗੇ। ਆਏ ਕਿਤੇ ਖੇਤ ਜ਼ਿਆਦਾ ਭਰਦੇ ਬਾਪੂ,
ਆਪਣਾ ਚਾਚਾ ਫਿਰ ਗਾਲਾਂ ਦੇਊਗਾ ਨਾਲ ਗਵਾਂਢੀ ਉਹਦਾ ਖੇਤ ਲੱਗਦਾ ਠੀਕ ਆ। ਤੁਸੀਂ ਵੀ ਨਾ ਲੋਕਾਂ ਤੋਂ ਬਾਹਲਾ ਡਰਦੇ ਹੋ, ਡਰ ਕੇ ਨਾ ਰਿਹਾ ਕਰੋ ਸਗੋਂ ਡਰਾ ਕੇ ਰੱਖਿਆ ਕਰੋ। ਉਹ ਡਰਾਉਣ ਨੂੰ ਕਿਹੜਾ, ਮੈਂ 10-20 ਕਿੱਲਿਆਂ ਦਾ ਮਾਲਕ ਹਾਂ, ਸਾਰੀ 2 ਕਿੱਲੇ ਤਾਂ ਜ਼ਮੀਨ ਆ, ਕਿੱਥੋਂ ਡਰਾ ਲਾਂਗੇ। ਪੈਸਾ ਚਾਹੀਦਾ ਲੋਕਾਂ ਨੂੰ ਡਰਾਉਣ ਵਾਸਤੇ ਵੀ। ਤੂੰ ਨਾ ਆਪਦਾ ਦਿਲ ਦਰਿਆ ਰੱਖਿਆ ਕਰ। ਦਿਲ ਤਾਂ ਦਰਿਆ ਹੀ ਆ ਯਾਰਾਂ ਦਾ। ਹਾਂ ਪਤਾ ਹੀ ਆ ਦਿਲ ਦਰਿਆ ਹੈ। ਆ ਕੀ ਕਰੀਏ ਨਹੀਂ ਕੁਛ ਨਹੀਂ ਆ ਨਾ ਬਸ। ਚਲੋ ਠੀਕ ਆ ਮੈਂ ਚੱਲਦੀ ਹਾਂ। ਚੱਲਾਂਗੇ ਯਾਰ, ਹੁੰਦੇ ਵੀ ਸੁੱਖੀ ਗੱਲ ਤਾਂ ਕਰਕੇ ਮੈਂ ਮਰਜ਼ੀ ਕਰ ਹੈ ਨਾ, ਵਿਚੋਲਾ ਤਾਂ ਪਾ ਕੋਈ, ਇਹਨੂੰ ਵਿਚਾਰੀ ਨੂੰ ਲਾਰਾਂ ਨਾਲ ਜੇ ਪਿਆਰ ਕੀਤਾ ਨਾ ਫਿਰ ਨਵਾਉਣਾ ਵੀ ਪਊਗਾ। ਲੈ ਮੈਂ ਵੀ ਆਟੋਮੈਟਿਕ ਆ ਬੰਦ ਕਰਿਆ ਵਾਂ, ਕਿਤੇ ਕਣਕ ਚਾਚੇ ਦੀ 'ਚ ਪਾਣੀ ਪਏ। ਪ੍ਰੀਤ ਪੁੱਤ, ਪ੍ਰੀਤ। ਹਾਂਜੀ ਬਾਪੂ। ਉਰੇ ਆ ਪੁੱਤ। ਹਾਂਜੀ ਉਰੇ ਆ ਉਰੇ। ਹਾਂਜੀ ਬਾਪੂ। ਕੀ ਕਰੀ ਜਾਂਦੀ ਨੀ? ਕੁਛ ਨੀ ਬਸ, ਉਹਨੂੰ ਪਤਾ ਹੀ ਆ ਕੰਮ ਕਾਰ ਜਿਹੜੇ ਰਹਿੰਦੇ ਨੇ। ਅੱਛਾ ਅੱਛਾ, ਨਿਬੇੜਦੇ? ਬਸ ਨਿਬੜੀ ਗਏ। ਹਾਂਜੀ ਦੱਸੋ। ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਪੁੱਤ। ਹਾਂਜੀ ਕਰੋ। ਉਧਰੋਂ ਫੁੱਫੜ ਨੀ ਆਇਆ ਤੀ ਗੱਲ? ਹਾਂਜੀ ਹਾਂਜੀ। ਉਹ ਰਿਸ਼ਤਾ ਲੈ ਕੇ ਆਏ ਸੀ ਆਪਦੇ ਭਤੀਜੇ ਦਾ ਤੇਰੇ ਵਾਸਤੇ। ਮੇਰੇ ਵਾਸਤੇ? ਹਾਂ ਰਿਸ਼ਤਾ ਵਧੀਆ, 10 ਕਿੱਲੇ ਜ਼ਮੀਨ ਦੇ ਨੇ, ਵਧੀਆ ਪੜ੍ਹਿਆ ਲਿਖਿਆ, ਐਸ਼ ਕਰੇਂਗੇ ਉੱਥੇ। ਬਾਪੂ ਮੇਰਾ ਰਿਸ਼ਤਾ? ਕੀ ਗੱਲ ਪੁੱਤ, ਪਰ ਹੁਣ ਤੇਰਾ ਵਿਆਹ ਤਾਂ ਕਰਨਾ ਹੀ ਆ, ਹੁਣ ਐਂ ਸੋਚਣ ਵਾਲੀ ਕੀ ਗੱਲ ਹੈ? ਚ ਮੈਂ ਨਹੀਂ ਕਰਾਉਣਾ ਬਾਪੂ ਵਿਆਹ। ਲੈ ਹੋਰ ਕੀ ਪੁੱਤ, ਹੁਣ ਆਪਦੇ ਘਰੇ ਬੈਠੀ ਰਹੇਗੀ ਸਾਰੀ ਉਮਰ ਹੁਣ? ਲੈ ਤੁਹਾਡਾ ਖਿਆਲ ਕੌਣ ਰੱਖੂਗਾ ਭਲਾ? ਉਹ ਕੋਈ ਨਾ ਪੁੱਤ, ਮੇਰਾ ਤਾਂ ਖਿਆਲ ਆਉਂਦੀ ਜਾਂਦੀ ਰਹਿ ਕਰੀ, ਬਸ ਅਸੀਂ ਰੱਖਦੇ ਹਾਂ ਅਗਲੇ ਚਾਚੇ ਤਾਂ ਆ ਜਾਓ, ਤੇਰੀ ਰੋਟੀ ਆ ਜਾ ਗੁਰੂ ਮੇਰੀ, ਹੋਰ ਕੀ ਖਿਆਲ ਨੂੰ ਦੱਸੋ ਹੋਰ ਮੈਂ ਕੀ ਕਰਨਾ ਹੁਣ। ਤੈਨੂੰ ਤਾਂ ਵਿਆਹ ਕੇ ਮੈਂ ਆਪਦੀ ਜ਼ਿੰਮੇਵਾਰੀ ਤਾਂ ਪੂਰੀ ਕਰਨੀ ਹੈ। ਨਹੀਂ ਨਹੀਂ ਬਾਪੂ ਮੈਂ ਵਿਆਹ ਨਹੀਂ ਕਰਾਉਣਾ। ਉਹ ਤੂੰ ਤਾਂ ਕਾਮੜੀ ਗੱਲਾਂ ਕਰੀ ਜਾਂਦੀ ਹੈ ਪੁੱਤ, ਹੁਣ ਵਿਆਹ ਵੀ ਨਾ ਕਿਤੇ ਸਰਦਾ, 10 ਕਿੱਲੇ ਜ਼ਮੀਨ ਦੇ ਨੇ, ਕਿੱਡਾ ਤਕੜਾ ਰਿਸ਼ਤਾ ਹੈ, ਹੁਣ ਮੈਂ ਕਿਵੇਂ ਜਵਾਬ ਦੇ ਦਾਂਗਾ? ਰਿਸ਼ਤੇਦਾਰੀ ਦਾ ਮਾਮਲਾ ਹੈ, ਕੱਲ ਨੂੰ ਤੇਰੀ ਭੂਆ ਹੀ ਕਹੂਗੀ ਵੀ ਮੇਰੇ ਸਾਡੀ ਗੱਲ ਮੋੜਤੀ। ਮੈਂ ਵਿਆਹ ਨਹੀਂ ਕਰਾਉਣਾ ਬਾਪੂ, ਮੈਂ ਕਿਸੇ ਹੋਰ ਨੂੰ ਪਸੰਦ ਕਰਦੀ ਹਾਂ। ਹੋਰ ਨੂੰ ਪਸੰਦ ਕਰਦੀ? ਹਾਂਜੀ। ਕੋਈ ਜਾਤ ਪਾਤ ਦਾ ਆਪਣੀ ਦਾ? ਹਾਂਜੀ। ਘਰ ਬਾਰ ਬਾਰ ਸਾਰੇ ਪਤਾ ਕਰਕੇ ਦਾਦਾ? ਹਾਂਜੀ। ਕਿੱਥੋਂ ਦਾ? ਇੱਥੋਂ ਲਵੇ ਦਾ ਹੀ ਹੈ। ਪੜ੍ਹੇ ਲਿਖਿਆ ਵਧੀਆ? ਹਾਂ ਮੇਰੇ ਕੋ ਵਾਂਗੂ, ਮੇਰੇ ਕੋ ਜਿੰਨੇ ਪੜ੍ਹਿਆ ਹੋਇਆ। ਚੱਲ ਊਂ ਤਾਂ ਪੁੱਤ ਮੈਨੂੰ ਹਾਂ ਕਰਤੀ ਤੀ, ਪਰ ਤੇਰੀ ਖੁਸ਼ੀ ਦੀ ਵਾਰੀ ਮੈਂ ਇੱਕ ਵਾਰੀ ਸੋਚ ਲਾਣਾ, ਤੂੰ ਫਿਰ ਉਹ ਮੁੰਡੇ ਨਾਲ ਗੱਲ ਕਰਾ ਦੇ ਮੇਰੀ, ਬੁਲਾ ਲੈ ਇਹਨੂੰ। ਦੱਸ ਦੇ ਬਾਪੂ, ਮੈਂ ਤਾਂ ਜਦੀ ਬੁਲਾ ਲੂੰ। ਤੂੰ ਜਦੀ ਕਿ ਕੱਲ ਨੂੰ ਬੁਲਾ। ਠੀਕ ਹੈ ਬਾਪੂ, ਮੈਂ ਫੋਨ ਕਰ ਦੂੰ, ਉਹ ਕੱਲ ਨੂੰ ਹੀ ਆ ਜਾਊ। ਹਾਂ ਉਹਦੇ ਨਾਲ ਮੇਰੀ ਗੱਲ ਕਰਾ, ਦੇਖਦੇ ਨੇ ਵਧੀਆ ਰਿਸ਼ਤਾ ਹੋਇਆ। ਚੱਲ ਮੈਂ ਤਾਂ ਵਿਆਹ ਕਰਨਾ, ਉਹ ਵੀ ਟਾਲ ਪਟੋਲ ਕਰਕੇ, ਚੱਲ ਕੋਈ ਨਾ ਕੋਈ ਗਾਨਾ ਵਾਹਨਾ ਕਰਕੇ ਕੋਈ ਰੋਕਾਂਗੇ ਗੱਲ ਨੂੰ, ਇੱਧਰ ਕਰ ਦੂੰਗਾ ਤੇਰਾ ਤਾਂ ਮੈਂ, ਹੋਰ ਕੀ ਹੈ, ਤੇਰੀ ਖੁਸ਼ੀ ਤੋਂ ਉੱਪਰ ਤਾਂ ਮੇਰੀ ਕੋਈ ਖੁਸ਼ੀ ਹੈ ਨਹੀਂ। ਪੱਕਾ ਬਾਪੂ? ਫਿਰ ਮੈਂ ਕੱਲ ਨੂੰ ਪੱਕਾ ਬੁਲਾ ਲਾਂ। ਹਾਂ ਬੁਲਾ ਲੈ ਪੁੱਤ ਨੂੰ ਕੱਲ ਨੂੰ। ਠੀਕ ਆ, ਮੇਰਾ ਪਿਆਰਾ ਬਾਪੂ ਆ। ਹਾਂ ਕੋਈ ਨਾ ਕੋਈ ਨਾ, ਠੀਕ ਆ ਬੁਲਾ ਲੈ। ਲੱਗਦਾ ਉਦੇ ਨੂੰ ਅੱਜ ਵੀ ਠੰਡ 'ਚ ਮਾਰੂਗੀ, ਪਤਾ ਨਹੀਂ ਕਿਵੇਂ ਬੁਲਾਇਆ ਗਾ। ਕੀ ਇਕੱਲੇ ਬੁੜ ਬੁੜ ਕਰੀ ਜਾਂਦੇ ਰਹਿੰਦੇ ਹੋ, ਜਦੋਂ ਦੇਖ ਲਓ ਓਹੋ
ਇੱਕ ਤਾਂ ਨਾ ਤੁਹਾਡੇ ਕੰਡਿਆਂ ਨੇ ਖਾ ਲਈ। ਉਹ ਫਿਰ ਮਿਲਣ ਲਈ ਸੇਫ ਜਗ੍ਹਾ ਤਾਂ ਇਹੀ ਆ, ਜੇ ਬੱਬੂ ਮਾਨ ਦਾ ਗਾਣਾ ਨਹੀਂ ਹੈਗਾ ਮਿਲਣਾ ਹੋਵੇ ਜੀ ਕਹਿੰਦੇ ਅੱਲੜ ਕੁੜੀ ਨੂੰ, ਸੇਫ ਜਗ੍ਹਾ ਨਹੀਂ ਕੋਈ ਕਮਾਦ ਵਰਗੀ। ਹੁਣ ਇੱਧਰ ਕਮਾਦ ਆ ਗਿਆ, ਇੱਧਰ ਕਿੰਨੂਆਂ ਦਾ ਬਾਗ ਆ ਗਿਆ, ਇਹੀ ਸੇਫ ਜਗ੍ਹਾ। ਕਮਾਦ ਕਿੱਥੇ ਕਿੰਨੂਆਂ ਦਾ ਬਾਗ? ਉਹ ਕਮਾਦ ਚ ਐਵੀ ਉਹ ਕੰਡੇ ਜੇ ਵੱਜ ਜਾਣਗੇ ਚਿੱਟੇ ਚਿੱਟੇ ਜੇ, ਫਿਰ ਕੱਢਦੀ ਫਿਰੇਂਗੀ ਕਿੰਨੂ ਦਾ। ਠੀਕ ਵੀ ਤਾਂ ਆ ਕੰਡੇ ਹੀ ਆ, ਉਹ ਇਹਦਾ ਕੋਈ ਉਹਦੇ ਲੂਣ ਜੇ ਵੜ ਜਾਂਦੇ ਨੇ ਮਾਸ ਚ। ਹੋਰ ਅੱਛਾ ਜੀ, ਤੁਹਾਨੂੰ ਬੜੀ ਨੌਲੇਜ ਆ ਚੀਜ਼ਾਂ ਬਾਰੇ। ਉਹ ਕਮਾਦ ਤਾਂ ਫਿਰ ਬੀਜਦੇ ਰਹਿਣੇ ਆ ਤਾਂ ਕਰਕੇ ਪਤਾ। ਹੁਣ ਕਿੰਨੂਆਂ ਦਾ ਬਾਗ ਹੈਗਾ, ਹੈ ਮਰੂਦਾਂ ਦਾ ਬਾਗ ਹੈਗਾ, ਉਹਦੇ ਆਪਾਂ ਮਰੂਦਾਂ ਦੇ ਬਾਗ 'ਚ ਮਿਲੇ ਸੀ। ਜੇ ਕਹਿੰਦੇ ਕਦੇ ਕਮਾਦ 'ਚ ਵੀ ਮਿਲਾਂਗੇ, ਉਹ ਵੀ ਤੇਰੀ ਇੱਛਾ ਪੂਰੀ ਕਰ ਦਿੰਦੇ ਹੈ। ਉਹ ਤਾਂ ਹੁਣ ਲੋੜ ਹੀ ਨਹੀਂ ਪੈਣੀ। ਹਾਂ, ਹੋਰ ਕਿਉਂ ਕੀ ਹੋ ਗਿਆ? ਜ਼ਰੂਰਤ ਹੀ ਨਹੀਂ। ਗੱਲ ਕੀ ਹੋ ਗਈ, ਕਿਉਂ ਯਾਰ ਤਾਂ ਪੈਣ, ਤੂੰ ਦੱਸ ਕੀ ਗੱਲ ਆ? ਬਾਪੂ ਨੇ ਨਾ ਮੇਰਾ ਰਿਸ਼ਤਾ ਕਰਤਾ। ਕਿੱਥੇ ਕਿੱਥੇ ਕਰਤਾ? ਤੇਰੇ ਨਾਲ। ਕਿਉਂ ਮਜ਼ਾਕ ਕਰੀ ਜਾਂਦੀ ਆ? ਮਜ਼ਾਕ ਨਹੀਂ ਕਰ ਰਹੀ, ਸੱਚੀ ਕਹਿ ਰਹੀ ਹਾਂ। ਬਾਪੂ ਆਪਣੇ ਰਿਸ਼ਤੇ ਲਈ ਮੰਨ ਗਿਆ, ਉਹਨਾਂ ਨੇ ਤੁਹਾਨੂੰ ਨਾ ਘਰੇ ਬੁਲਾਇਆ ਮਿਲਣ ਵਾਸਤੇ। ਉਹ ਮੈਂ ਤਾਂ ਕੋਈ ਗੱਲ ਵੀ ਨਹੀਂ ਕਰੀ, ਕੋਈ ਬੰਦਾ ਵੀ ਨਹੀਂ ਭੇਜਿਆ, ਮੈਨੂੰ ਤਾਂ ਅਜੇ ਤੱਕ ਕੋਈ ਵਿਚੋਲਾ ਹੀ ਨਹੀਂ ਲੱਭਿਆ, ਕਿੱਥੋਂ ਮੰਨ ਗਿਆ ਉਹ? ਲੈ ਫਿਰ ਇਸ ਕੰਮ ਇਸ ਮਾਮਲੇ ਦੇ ਵਿੱਚ ਨਾ ਤੁਸੀਂ ਠੰਡੇ ਹੋ, ਮੈਨੇ ਤਾਂ ਖੁਦ ਹੀ ਗੱਲ ਕਰ ਲਈ। ਤੂੰ ਗੱਲ ਕਿਵੇਂ ਕਰ ਲਈ? ਹੋਰ ਕਰ ਲਈ ਬਸ, ਅਸੀਂ ਕਿਵੇਂ ਗੱਲ ਚਲਾ ਲਈ, ਉਹੀ ਕਰੀ ਜਾਂਦੀ ਹਾਂ ਉਹੀ ਗੱਲ। ਤੁਹਾਨੂੰ ਮੇਰੇ 'ਤੇ ਯਕੀਨ ਨਹੀਂ ਆਉਂਦਾ? ਚਲ ਠੀਕ ਹੈ, ਮੈਂ ਦੱਸਦੀ ਹਾਂ। ਬਾਪੂ ਜੀ ਨੇ ਨਾ ਮੇਰੇ ਨਾਲ ਰਿਸ਼ਤੇ ਦੀ ਗੱਲ ਕਰੀ ਸੀ। ਫੁੱਫੜ ਜੀ ਆਏ ਸੀ ਘਰੇ, ਉਹ ਆਪਦੇ ਕਿਸੇ ਭਾਣਜੇ ਪਤਾ ਨਹੀਂ ਭਤੀਜੇ ਦਾ ਕਿਸੇ ਦਾ ਰਿਸ਼ਤਾ ਕਰਵਾਉਂਦੇ ਸੀਗੇ, ਤੇ ਬਾਪੂ ਕਹਿੰਦਾ ਆਪਾਂ ਦੇਖਣਾ ਇਹ ਵੋ। ਮੈਂ ਕਿਹਾ ਬਾਪੂ ਮੈਂ ਵਿਆਹ ਨਹੀਂ ਕਰਵਾਉਣਾ। ਕਹਿੰਦਾ ਕਿਉਂ? ਮੈਂ ਕਿਹਾ ਮੈਂ ਕਿਸੇ ਹੋਰ ਨੂੰ ਪਸੰਦ ਕਰਦੀ ਹਾਂ। ਕਿਹਾ ਤਾਂ ਬਾਪੂ ਨੇ ਅੱਖਾਂ ਜਿਹੀਆਂ ਕੱਟ ਲਈਆਂ। ਫਿਰ ਬਾਪੂ ਕਹਿੰਦਾ ਚੱਲ ਕੋਈ ਨਾ, ਬੁਲਾ ਲਈ, ਪਹਿਲਾਂ ਮੈਂ ਮੁੰਡਾ ਦੇਖੂੰਗਾ, ਪਰਖੂੰਗਾ, ਠੀਕ ਹੈ, ਫਿਰ ਗੱਲ ਅੱਗੇ ਤੋਰਾਂਗੇ। ਪਰਖਣ ਨੂੰ ਕਿਹੜਾ ਹੱਲ ਜੋੜੇਗਾ ਉਹਨੂੰ? ਲੈ ਕੁਛ ਵੀ ਕਰਨਾ, ਹੁਣ ਮੈਂ ਆਪਣਾ ਕੰਮ ਕਰਤਾ, ਹੁਣ ਬਾਕੀ ਸਾਰਾ ਕੁਛ ਤੁਹਾਡੇ ਤੇ ਹੈ। ਹੁਣ ਮੈਂ ਜਾਵਾਂ ਤੇਰੇ ਬਾਪੂ ਨੂੰ ਮਿਲਣ? ਤੇ ਲੈ ਹੋਰ ਹੋਰ ਕੌਣ ਜਾਊ, ਕੋਈ ਹੋਰ ਜਾਊਗਾ? ਪਿਆਰ ਤੁਸੀਂ ਕਰੋ ਤੇ ਮੇਰੇ ਬਾਪੂ ਨਾਲ ਗੱਲ ਕਰਨ ਕੋਈ ਹੋਰ ਜਾਵੇ? ਮੈਨੂੰ ਤਾਂ ਡਰ ਜਿਹਾ ਲੱਗਦਾ। ਉਹ ਹੀ ਡਰਦੇ ਰਹਿੰਦੇ ਹੋ ਕਿ ਕੋਈ ਹੋਰ ਬੰਦਾ ਨਾ ਭੇਜ ਦੇ ਕੋਈ ਵਿਚੋਲਾ, ਹੈ? ਫਿਰ ਮੈਂ ਵਿਆਹ ਵੀ ਵਿਚੋਲੇ ਨਾਲ ਹੀ ਕਰਾ ਲੂੰਗੀ। ਵਿਚੋਲਾ ਤਾਂ ਬੁੜਾ ਬੰਦਾ ਭੇਜੂ, ਬੁੜੇ ਨਾ ਕਰਾਏਂਗੀ ਵਿਆਹ ਤੂੰ? ਹੈ ਚਲ ਚੰਗਾ, ਤੁਹਾਡੇ ਬਾਰੇ ਕਿਹਾ ਤੁਸੀਂ ਖੁਦ ਵਗ ਜਿਓ, ਬਾਪੂ ਨੇ ਕਿਹਾ ਤੁਸੀਂ ਖੁਦ। ਸੱਚੀ ਉਹ ਕਹਿੰਦੇ? ਮੈਨੂੰ ਤਾਂ ਯਕੀਨ ਨਹੀਂ ਆਉਂਦਾ। ਉਹ ਸੌ ਲੱਗੇ ਤੇਰੀ ਸੌ ਬਸ। ਅੱਛਾ, ਕਿਤੇ ਝੂਠੀ ਤਾਂ ਨਹੀਂ ਕਹਾ ਗਈ? ਹਾਏ ਮੈਂ ਮਰ ਜਾਵਾਂ। ਚਲ ਠੀਕ ਹੈ, ਤੈਨੂੰ ਨਹੀਂ ਯਕੀਨ ਆਉਂਦਾ? ਉਹ ਖੜ ਜਾ, ਕਦੋਂ ਕਿਹਾਗਾ ਮੈਨੂੰ ਲਈ? ਕਦੋਂ ਕਿਹਾ? ਸਵੇਰੇ ਆ ਜਿਓ। ਸਵੇਰੇ? ਚਲ ਠੀਕ ਆ। ਬਾਪੂ ਨਾਲ ਗੱਲ ਕਰਕੇ ਤੇਰੇ ਲਈ ਵੀ ਆ ਰਹੀ ਹਾਂ ਮੈਂ ਹੁਣ। ਆਹੀ ਕੱਪੜੇ ਪਾਉਂਗੇ, ਜੀਨ ਜੂਨ ਪਾ ਕੇ ਮੈਂ ਸਾਦਾ ਇਹ ਮੁੰਡਾ ਵਧੀਆ ਲੱਗਦਾ ਹੁੰਦਾ। ਜਿਵੇਂ ਤੁਹਾਨੂੰ ਵਧੀਆ ਲੱਗਦਾ ਉਹ ਵੀ ਆ ਜਿਓ। ਚਲ ਠੀਕ ਆ, ਸਵੇਰੇ। ਮੈਨੂੰ ਤਾਂ ਪਸੰਦ ਆ, ਗੱਲ ਤਾਂ ਬਾਪੂ ਦੀ ਆ। ਅੱਛਾ, ਮਜ਼ਾਕ ਵੀ ਕੋਈ ਕਰਨਾ ਤੇਥੋਂ ਸਿੱਖੇ? ਲੈ ਮਜ਼ਾਕ ਨਹੀਂ ਕਰ ਰਹੀ, ਸੀਰੀਅਸਲੀ ਕਹਿ ਰਹੀ ਆ। ਆ ਜੀ ਉਹਨਾਂ ਦੇ, ਹੁਣ ਮੈਂ ਚੱਲਦੀ ਆ। ਕਿੰਨੇ ਕੁ ਖਾਣੇ ਨੇ? ਨਹੀਂ, ਵਿਆਹ ਤੋਂ ਬਾਅਦ ਹੀ ਖਾਵਾਂਗੇ। ਤੇ ਹੁੰਦੇ ਆ, ਚਲ ਆ ਜੂ। ਠੀਕ ਆ, ਕਰ ਲਈ ਹੋਊ ਗੱਲ, ਐਂ ਤਾੜੀ ਦੀ ਪੱਕੀ ਆ। ਚੱਲ ਖਿੱਚਦੇ ਹਾਂ ਤਿਆਰੀ, ਸਵੇਰੇ ਮਿਲਦੇ ਹਾਂ ਜਾ ਕੇ। ਪਰ ਮੇਰਾ ਤਾਂ ਕੋਈ ਹੈ ਹੀ ਨਹੀਂ, ਇਹੀ ਖੁਸ਼ੀ ਦੀ ਗੱਲ ਦੱਸਾਂ ਵੀ ਕਿਹਨੂੰ। ਚੱਲ ਕਿਸੇ ਯਾਰ ਦੋਸਤ ਨੂੰ ਦੱਸ ਕੇ ਖੁਸ਼ੀ ਵੰਡ ਲੈਂਦੇ ਹਾਂਗੇ। ਕਹਿੰਦੇ ਨੇ ਖੁਸ਼ੀ ਵੰਡਣ ਨਾਲ ਦੁੱਗਣੀ ਹੋ ਜਾਂਦੀ ਆ। ਕੀ ਗੱਲ ਪ੍ਰੀਤ ਪੁੱਤ, ਆਇਆ ਨਹੀਂ ਉਹ ਮੁੰਡਾ? ਆਉਣਾ ਨਹੀਂ ਹੋਣੇ ਬਾਪੂ ਜੀ, ਫੋਨ ਤਾਂ ਮੈਂ ਕੀਤਾ ਹੋਇਆ, ਕੱਲ ਵੀ ਕੀਤਾ ਸੀ, ਅੱਜ ਵੀ ਕੀਤਾ। ਹੋਰ ਕਰਨਾ ਗੱਲਬਾਤ ਉਹਦੇ ਨਾਲ, ਕੀ ਕਹਿੰਦਾ ਹੈ? ਨਾ ਨਾ, ਆਉਣ ਵਾਲੇ ਹੋਣੇ। ਲੋ ਉਹ ਆ ਗਏ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਪੁੱਤ, ਸਤਿ ਸ਼੍ਰੀ ਅਕਾਲ। ਆ ਗਏ ਤੁਸੀਂ? ਹਾਂ, ਤੁਹਾਡੀ ਵੇਟ ਕਰ ਰਹੇ ਸੀ। ਬਹਿ ਜਾ ਪੁੱਤ ਇੱਧਰ। ਹੋਰ ਜੀ ਠੀਕ ਠਾਕ ਹੋ? ਹਾਂ ਠੀਕ ਠਾਕ ਪੁੱਤ। ਹਾਂ ਪੁੱਤ, ਕਿੰਨਾ ਪੜ੍ਹੇ ਲਿਖੇ? ਪਲੱਸ ਟੂ ਕੀਤੀ ਹੈ ਜੀ ਹੁਣੀ ਮੈਂ ਪਿਛਲੇ ਸਾਲ, ਬਾਕੀ ਆ ਪ੍ਰੀਤ ਨੇ ਬੀ ਏ ਕੀਤੀ ਹੈਗੀ। ਅੱਛਾ ਅੱਛਾ, ਅਤੇ ਬਾਕੀ ਜਾਣਦੇ ਹੋ ਤੁਸੀਂ, ਮੈਂ ਨੰਬਰਦਾਰ ਆ ਮੁੰਡਾ, ਮੇਰੇ ਮੰਮੀ ਡੈਡੀ ਪੂਰੇ ਹੋ ਗਏ ਸੀ। ਅੱਛਾ ਅੱਛਾ। ਹਾਂ, ਪਰਲੇ ਵਿਹੜੇ ਹੋ, ਖੇਤਾਂ 'ਚ ਘਰ ਆਪਣਾ। ਠੀਕ ਹੈ ਠੀਕ ਹੈ। ਹਾਂ ਤਾਂ ਐਵੇਂ ਕਰ ਪੁੱਤ, ਪ੍ਰੀਤ ਚਾਹ ਪਾਣੀ ਦਾ ਕਰ ਪ੍ਰਬੰਧ, ਤੂੰ ਮੈਂ ਕਰਦਾ ਮੁੰਡੇ ਨਾਲ ਗੱਲ। ਠੀਕ ਹੈ। ਜ਼ਮੀਨ ਜ਼ਮੂਨ ਕਿੰਨੀ ਕੁ ਹੁੰਦੀ ਹੈ ਪੁੱਤ? ਜ਼ਮੀਨ ਤਾਂ ਜੀ 2 ਕਿੱਲੇ ਆ ਗਈ। ਠੀਕ ਹੈ ਬਾਪੂ ਜੀ, ਮੈਂ ਚੱਲਦਾ। ਸੁੱਖ ਨਹੀਂ? ਬਸ ਕੋਈ ਚੱਕਰ ਨਹੀਂ, ਮੈਨੂੰ ਥੋੜ੍ਹਾ ਜਿਹਾ ਕੰਮ ਸੀ ਪ੍ਰੀਤ, ਮੈਂ ਜਾਣਾਗਾ। ਕੀ ਹੋਇਆ? ਬਸ ਕੁਛ ਨਹੀਂ, ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾ ਸਕਦਾ। ਕਿਉਂ? ਕੱਲ ਤੱਕ ਤਾਂ ਤੁਸੀਂ ਕੀ ਕਹਿੰਦੇ ਸੀ ਤੇ ਅੱਜ ਤੁਸੀਂ ਐਵੇਂ ਕਿਉਂ ਕਹਿ ਰਹੇ ਹੋ? ਬਸ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਪ੍ਰੀਤ, ਮੇਰੇ ਕੋਲ ਇੰਨਾ ਟਾਈਮ ਹੈ ਨਹੀਂ, ਮੈਂ ਬਾਪੂ ਜੀ ਨੂੰ ਸਾਰੀ ਗੱਲ ਸਮਝਾਤੀ, ਇਹ ਤੈਨੂੰ ਆਪੇ ਗੱਲ ਸਾਰੀ ਦੱਸ ਦੇਣਗੇ। ਠੀਕ ਆ। ਸੁੱਖ ਤੁਸੀਂ ਮੇਰੇ ਨਾਲ ਐਵੇਂ ਨਹੀਂ ਕਰ ਸਕਦੇ। ਬਸ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ। ਸੁੱਖ ਬਾਪੂ ਜੀ, ਉਹ ਪੁੱਤ ਮੈਂ ਤੈਨੂੰ ਪਹਿਲੀ ਕਿਹਾ ਸੀ ਵੀ ਪਿਆਰ ਪਿਓਰ ਦੀਆਂ ਗੱਲਾਂ ਝੂਠੀਆਂ ਹੁੰਦੀਆਂ ਨੇ, ਪਰ ਤੇਰੀ ਖੁਸ਼ੀ ਵਾਸਤੇ ਮੈਂ ਇੱਕ ਵਾਰੀ ਮਿਲ ਲਿਆ ਉਹਨੂੰ। ਠੀਕ ਹੈ, ਹੁਣ ਆਪਦੇ ਤੇਰੇ ਸਾਹਮਣੇ ਆਪ ਨਾ ਕਰਕੇ ਗਏ ਰਿਸ਼ਤੇ ਨੂੰ। ਨਹੀਂ ਬਾਪੂ ਜੀ, ਮੈਨੂੰ ਯਕੀਨ ਨਹੀਂ ਹੁੰਦਾ, ਸੁੱਖ ਮੈਂ ਐਵੇਂ ਨਹੀਂ ਕਰ ਸਕਦਾ। ਉਹ ਪੁੱਤ ਹੁਣ ਤੇਰੇ ਸਾਹਮਣੇ ਤਾਂ ਗੱਲਬਾਤ ਹੋਈ ਹੈ ਸਾਰੀ, ਮੈਨੂੰ ਤਾਂ ਕਿਹਾ ਸੀ, ਪਰ ਉਹ ਆਪਦੇ ਮੂੰਹੇ ਕਹਿ ਗਿਆ ਵੀ ਬਾਪੂ ਜੀ ਮੈਂ ਇਹ ਰਿਸ਼ਤਾ ਨਹੀਂ ਕਰਾ ਸਕਦਾ, ਮੈਂ ਤਾਂ ਪ੍ਰੀਤ ਨੂੰ ਬਹੁਤ ਵਾਰੀ ਸਮਝਾਇਆ, ਪਰ ਪ੍ਰੀਤ ਹੀ ਮੇਰੇ ਨਾਲ ਧੱਕੇ ਨਾਲ ਵਿਆਹ ਕਰਾਉਣ ਫਿਰਦੀ ਸੀ। ਚੱਲ ਉਹਦਾ ਚਾਨਣਾ ਟਾਈਮ ਸਿਰ ਸਾਹਮਣੇ ਆ ਗਿਆ, ਐਵੇਂ ਔਖੀ ਹੁੰਦੀ ਕੋਈ ਫਾਇਦਾ ਨਹੀਂ ਨਿਕਲਦਾ ਸੀ ਫਿਰ, ਸਮਝ ਗਈ ਗੱਲ? ਹੁਣ ਜੇ ਜਿੱਥੇ ਰਿਸ਼ਤਾ ਮੈਂ ਕਰੂੰਗਾ ਚੁੱਪ ਕਰਕੇ ਉੱਥੇ ਕਰਾ ਲਈ, ਐਸ਼ ਕਰੇਂਗੀ ਸਾਰੀ ਉਮਰ ਤੋਂ। ਠੀਕ ਹੈ, ਵਧੀਆ 10 ਕਿੱਲੇ ਜ਼ਮੀਨ ਦੇ ਆਉਂਦੇ ਨੇ, ਨਾਲੇ ਰਿਸ਼ਤੇਦਾਰੀ ਦੀ ਰਿਸ਼ਤੇਦਾਰੀ ਰਹਿ ਜੂਗੀ। ਹੁਣ ਤੇਰੇ ਕਹੇ ਤੋਂ ਇੱਕ ਵਾਰੀ ਮੈਂ ਮਿਲ ਲਿਆ। ਠੀਕ ਹੈ ਬਾਪੂ ਜੀ। ਹਾਂ, ਹੁਣ ਤੁਸੀਂ ਜਿਵੇਂ ਕਹੋਗੇ ਮੈਨੂੰ ਮਨਜ਼ੂਰ ਹੈ। ਠੀਕ ਹੈ, ਚੱਲ ਆ ਵੀ ਸੂਤ ਆ ਗਈ ਰਾਣੀ, ਸੱਪ ਵੀ ਮਰ ਗਿਆ ਨਾਲੇ ਲਾਠੀ ਟੁੱਟੀ। ਮੈਂ ਕਦੇ ਸੋਚਿਆ ਨਹੀਂ ਸੀ ਵੀ ਸੁੱਖ ਮੇਰੇ ਨਾਲ ਐਵੇਂ ਕਰੂਗਾ, ਮੈਂ ਤਾਂ ਕਦੇ ਸੁਪਨੇ 'ਚ ਵੀ ਨਹੀਂ ਸੋਚ ਸਕਦੀ ਸੁੱਖ ਤੂੰ ਮੇਰੇ ਨਾਲ ਐਵੇਂ ਕਰੇਗਾ। ਐਡੇ ਐਡੇ ਵਾਅਦੇ ਕਰਕੇ 1 ਮਿੰਟ 'ਚ ਮੁੱਕਰ ਜਾਣਾ, ਵਧੀਆ ਨਹੀਂ ਕੀਤਾ ਤੂੰ ਮੇਰੇ ਨਾਲ, ਮੈਂ ਰੱਬ ਜਿੱਡਾ ਯਕੀਨ ਕਰਦੀ ਸੀ ਤੇਰੇ 'ਤੇ। ਹੁਣ ਰੋ ਕੇ ਫਾਇਦਾ ਵੀ ਕੀ ਹੈ, ਜਦੋਂ ਉਹਨੂੰ ਫਰਕ ਨਹੀਂ ਪੈਂਦਾ ਫਿਰ ਮੈਨੂੰ ਵੀ ਨਹੀਂ ਪੈਂਦਾ। ਪਾਗਲਾ, ਮੈਂ ਤਾਂ ਤੈਨੂੰ ਆਪਦੇ ਘਰ ਤੱਕ ਲਿਆਈ, ਤੈਨੂੰ ਇੰਨਾ ਪਿਆਰ ਕਰਦੀ ਸੀ, ਤੂੰ ਮੇਰੇ ਪਿਆਰ ਦੀ ਕਦਰ ਨਹੀਂ ਪਾਈ। ਹੁਣ ਮੈਨੂੰ ਜਿਵੇਂ ਬਾਪੂ ਜੀ ਕਹਿਣਗੇ ਨਾ ਮੈਂ ਉੱਦਾਂ ਹੀ ਕਰੂੰਗੀ, ਮੈਂ ਉਹਦੇ ਬਾਪ ਦੇ ਪੱਗ ਨੂੰ ਲਾਜ ਨਹੀਂ ਲਾਉਣਾ, ਉਹ ਮੈਨੂੰ ਜਿੱਥੇ ਕਹਿਣਗੇ ਮੈਂ ਚੁੱਪ ਕਰਕੇ ਅੱਖਾਂ ਬੰਦ ਕਰਕੇ ਵਿਆਹ ਕਰਾ ਲੂੰਗੀ। ਮੈਂ ਹੁਣ ਆਪਦੇ ਬਾਪੂ ਜੀ ਦੇ ਕਹਿਣੇ 'ਚ ਬਾਹਰ ਨਹੀਂ ਹੁੰਦੀ।
ਬਾਈ ਤੇ ਨਾ ਵੀ ਹੈ ਮੇਰਾ ਨਾਮ ਜਿਵੇਂ ਕੋਈ ਵੱਡਾ ਨਸ਼ਾ ਕੀਤਾ ਹੁੰਦਾ। ਮੈਨੂੰ ਲੱਗਦਾ ਜ਼ਮੀਨ ਦੇ ਲਾਲਚ 'ਚ ਬਾਪੂ ਨੇ ਮੈਨੂੰ ਨਸ਼ੇੜੀ ਦੇ ਪੱਲੇ ਪਾ ਤਾ, ਨਸ਼ੇੜੀ ਦੇ ਲੜ ਲਾ ਤਾ। ਦੱਸ ਇਕੱਲੀ ਜ਼ਮੀਨ ਦੇ ਸਿਰ 'ਤੇ ਭਲਾ ਮੇਰੀ ਜ਼ਿੰਦਗੀ ਨਿਕਲੂਗੀ, ਜਿਹਦੇ ਨਾਲ ਮੈਂ ਸਾਰੀ ਜ਼ਿੰਦਗੀ ਕੱਢਣੀ ਆ। ਉਹ ਤਾਂ ਨਸ਼ਿਆਂ ਦਾ ਆਦੀ ਹੈ। ਸਹੀ ਕਹਿੰਦੇ ਆ, ਇਕੱਲੇ ਪੈਸੇ ਦੇ ਜ਼ਿੰਦਗੀ ਨਹੀਂ ਨਿਕਲਦੀ। ਜ਼ਿੰਦਗੀ 'ਚ ਪਿਆਰ ਵੀ ਹੋਣਾ ਜ਼ਰੂਰੀ ਹੈ, ਰੂਹਾਂ ਵਾਲਾ ਪਿਆਰ, ਜੋ ਮੈਂ ਸੁੱਖ ਨੂੰ ਕਰਦੀ ਸੀ। ਪਤਾ ਨਹੀਂ ਸੁੱਖ ਨੇ ਮੇਰੇ ਨਾਲ ਹੀ ਇੱਦਾਂ ਕਿਉਂ ਕੀਤੀ। ਲਿਆ ਬਾਈ ਸਮਾਨ ਸਮੂਨ, ਸਰੀਰ ਟੁੱਟਿਆ ਜਾਂਦਾ ਵਾਧੂ ਹੈ, ਕਿਉਂ ਟੈਨਸ਼ਨ ਲਈਆ ਯਾਰ ਤੈਂ? ਉਹ ਤੇਰੇ ਵਾਸਤੇ ਆ, ਲੈ ਫੜ ਲਾ, ਖਿੱਚਦਾ ਗਾ। ਕਿਉਂ ਹੈ ਪਹਿਲੇ ਤੋੜਦਾ ਕਿ ਨਹੀਂ? ਸਵਾਦ ਲਿਆ ਤਾ ਬਾਬੇ, ਕਹਿੰਦਾ ਪਤਾ ਤਾਂ ਹੈਗਾ ਤੇਰੇ ਬਾਈ ਦਾ, ਫਿਰ ਵੀ ਪਹਿਲੇ ਤੋੜਦੇ ਲੈ ਕੇ ਆਉਂਦਾ, ਜਦੋਂ ਵੀ ਲੈ ਕੇ ਆਉਂਦਾ ਸਮਾਨ ਤਾਂ ਫਿਰ ਸਰੀਰ ਬਾਬੇ ਜਮੇਂ ਟੁੱਟ ਰਿਹਾ ਤੀ। ਉਹ ਲੈ ਹੋਰ ਲੈ ਲਈ ਕੋਈ ਨਾ, ਤੇਰੀ ਕੰਨਰ ਦਿਆ ਕੀ ਹੋ ਗਿਆ ਤੈਨੂੰ? ਮਨ ਤਾਂ ਲੱਗਦਾ ਹੋ ਗਿਆ ਕੰਨ ਤਾਂ ਜਮਾ। ਉਹ ਚੱਲ ਕੋਈ ਨੀ, ਮੇਰੇ ਸਾਲੇ ਦਾ ਜੇ ਕੰਡਾ ਨਿਕਲੂਗਾ ਤਾਂ ਹੀ ਆਪਣੀ ਡੋਲੂ ਡੱਬੂ। ਕਹਾਣੀ ਤਾਂ ਰਾਨਵੇਂ ਸਿਰੇ ਦੀ ਹੈ ਨਾ, ਪੰਜਰ ਦਿਨ ਆਪਾਂ ਉੱਥੇ ਡੇ ਗਿਆ ਨਾ ਘਰੇ, ਨਾਲੇ ਸਵਾਦ ਲੈ ਆਉਂਦੇ ਹਾਂ। ਜੇ ਨਾਲੇ ਸਾਲਾ ਮਰੂ ਮਰੂਗਾ ਤਾਂ ਇਹਦਾ ਬਾਪ ਵੀ ਆਪਾਂ ਨੂੰ ਵੀ ਮੁੰਡਾ ਹੀ ਸਮਝਦਾ ਹੈ। ਆਪਣੇ ਨਾਂ ਲਾ ਦੂ ਜ਼ਮੀਨ, ਨਾਲੇ ਸਾਲੇ ਦੀ ਘਰ ਵਾਲੀ ਆਪਣੇ ਹੱਥ ਜਾਊਗੀ। ਤਲੇ ਨੂੰ ਮੇਰੇ ਸਾਲੇ ਨੂੰ ਆਪਾਂ ਨਾਲੇ ਘਰੇ ਡੇ ਗਿਆ ਆਉਂਦੇ ਹਾਂ। ਮੰਗਰ ਵੀ ਬਹੁਤ ਨੇ, ਚੱਕਣਾ ਹੀ ਬਹੁਤ ਔਖਾ। ਲਿਟ ਜਾ, ਟਾਈਮ ਕਿਵੇਂ ਭਰਜਾਈਏ? ਠੀਕ ਹੈ ਵੀਰੇ, ਇਹਨਾਂ ਨੂੰ ਹੋਇਆ ਕੀ ਹੈ? ਦਰਅਸਲ ਇਹਨਾਂ ਦਾ ਰੋਜ਼ ਆਹੀ ਹਾਲ ਹੈ। ਮਤਲਬ ਕੀ ਹੈ ਤੁਹਾਡਾ? ਮੈਂ ਤਾਂ ਭਰਜਾਈਏ ਕਿਉਂ ਨਾ ਮੇਰੇ ਨਾਲ ਸੈਟਿੰਗ ਕਰ ਲੈ। ਹੱਥ ਨਾਲ ਆਇਓ ਮੈਨੂੰ, ਇਹ ਨਸ਼ੇੜੀ ਹੈ, ਇਹ ਮਲੰਗ ਹੋ ਸਕਦਾ? ਮੈਂ ਮਲੰਗਾਂ ਦੀ ਨੀ ਹੈਗੀ। ਜੇ ਨਸ਼ੜੀਆ ਦਾ ਮਤਲਬ ਇਹ ਥੋੜੀ ਹੈ ਵੀ ਤੂੰ ਇਹਦਾ ਨਜਾਇਜ਼ ਫਾਇਦਾ ਚੱਕੇਗਾ।
ਯਾਰ ਮਾਰ ਕਰੇਗਾ ਇਹਦੇ ਨਾਲ, ਸ਼ਰਮ ਨਹੀਂ ਆਉਂਦੀ ਤੈਨੂੰ? ਦਫਾ ਹੋ ਜਾ ਸਾਡੇ ਘਰੋਂ, ਅੱਜ ਤੋਂ ਬਾਅਦ ਦਿਖੀ ਨਾ ਇੱਥੇ। ਉਹ ਕਿੰਨਾ ਕੁ ਟਾਈਮ ਟਾਈਮ ਪਾਸ ਕਰੇਗੇ ਤੇ ਮਲੰਗ ਦੇ ਸਿਰ ਤੇ? ਦਫਾ ਹੋ ਜਾ, ਐਸਾ ਹੋਵੇ ਵੀ ਮੈਂ ਇੱਥੋਂ ਬੇਇੱਜ਼ਤੀ ਕਰਕੇ ਕੱਢਣਾ ਪਵੇ, ਚਾਰ ਬੰਦੇ ਤੇਰੀ ਬੇਇੱਜ਼ਤੀ ਕਰਨੀ ਪੈ ਜੇ। ਦਫਾ ਹੋ ਜਾ, ਅੱਜ ਤੋਂ ਬਾਅਦ ਸਾਡੇ ਗੇਟਸ ਵੀ ਨਾ ਦਿਖ ਜੀ। ਮਤਲਬ ਦਫਾ ਹੋ ਜਾ। ਕੋਈ ਨਾ, ਆਵੇਂਗੀ ਤਾਂ ਮੇਰੇ ਲਈ ਜਾਵੇਂ ਕਿੱਥੇ? ਐਡੀ ਮਲੰਗਾਂ ਦੀ ਨਹੀਂ ਹੈਗੀ ਮੈਂ ਵੀ ਇਹ ਜਿਹਾ ਕੁਛ ਕਰਦੀ ਫਿਰੂੰਗੀ। ਵੀ ਦੇਖਣੇ ਤੇਰੇ ਵਰਗੇ ਚੱਲਦਾ ਪਾਣਾ। ਸ਼ਰਮ ਨਹੀਂ ਆਉਂਦੀ, ਰਹਿੰਦੀ ਖੁੰਦੀ ਇਹਨੂੰ ਨਹੀਂ ਆਉਂਦੀ, ਰੋਜ਼ ਦਾ ਹੀ ਕੰਮ ਹੋ ਗਿਆ। ਦੱਸ ਐ ਕਿੰਨਾ ਕੁ ਚਿਰ ਲੰਘੂਗਾ, ਐ ਟਾਈਮ ਤਾਂ ਲੰਘਣਾ ਹੀ ਨਹੀਂ ਹੈਗਾ ਗਾ। ਮੇਰੀ ਵੀ ਜ਼ਿੰਦਗੀ ਹੈ, ਮੇਰੇ ਵੀ ਕੁਛ ਅਰਮਾਨ ਨੇ, ਇੱਦਾਂ ਤਾਂ ਰੋਜ਼ ਦਾ ਹੀ ਹੋ ਗਿਆ। ਬਾਪੂ ਨਾਲ ਗੱਲ ਕਰਨੀ ਪਊਗੀ, ਪਰ ਬਾਪੂ ਨਾਲ ਵੀ ਕੀ ਗੱਲ ਕਰੂੰਗੀ? ਬਾਪੂ ਨੂੰ ਪਤਾ ਹੀ ਸੀ ਸਾਰਾ ਕੁਛ ਵੀ ਮੁੰਡਾ ਨਸ਼ੇ ਕਰਦਾ, ਫਿਰ ਵੀ ਮੇਰੀ ਜ਼ਿੰਦਗੀ ਖਰਾਬ ਕਰਤੀ। ਹੁਣ ਤਾਂ ਕੱਟਣਾ ਹੀ ਪਊਗਾ ਜਿਹੋ ਜਿਹਾ ਹੈਗਾ। ਰੋਜ਼ ਰੋਜ਼ ਕੀ ਕਰਾਂ ਇਹਨੂੰ ਮੈਂ। ਸੱਤ ਵੱਜ ਗਏ, ਅੱਜ ਹਜੇ ਤੱਕ ਉੱਠੀ ਨਹੀਂ, ਨਾ ਹੀ ਮੈਨੂੰ ਜਾਗ ਆਈ। ਅੱਗੇ ਤਾਂ 4 ਵਜੇ ਕਦੇ 3 ਵਜੇ ਰੋਜ਼ ਹੀ ਉੱਠ ਕੇ ਕਲੇਸ ਕਰਨ ਲੱਗ ਜਾਂਦੇ ਨੇ, ਭੱਜਣ ਲੱਗ ਜਾਂਦੇ ਨੇ, ਅੱਜ ਕੀ ਹੋ ਗਿਆ? ਸੁਣਿਓ, ਉੱਠ ਜਾਓ, ਸੁਣ ਲਓ। ਹੈਂ, ਸਰੀਰ ਵੀ ਠੰਡਾ ਪਿਆ, ਸੁਣ ਲਓ, ਉੱਠ ਜਾਓ, ਉੱਠ ਜਾਓ, ਹੁਣ ਉੱਠ ਜਾਓ। ਬਾਪੂ ਨੂੰ ਕਰਦੀ ਆ ਫੋਨ। ਦੇਖ ਬੱਤ ਪ੍ਰੀਤ, ਹੁਣ 2 ਮਹੀਨੇ ਹੋ ਗਏ ਕਾਲੇ ਨੂੰ ਮਰੇ ਨੂੰ, ਹੁਣ ਤੂੰ ਆ ਰਿਹਾ ਇਕੱਲੀ ਇਕੱਲੀ ਦਾ ਤੇਰਾ ਬਣਦਾ ਕੁਛ ਨਹੀਂ ਉਰੇ। ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਵੀ ਤੂੰ ਮੇਰੇ ਨਾਲ ਵਗ ਚੱਲ ਪਿੰਡ। ਕਿਹੜੇ ਮੂੰਹ ਨਾਲ ਵਗਦਾ ਬਾਪੂ, ਹੁਣ ਤਾਂ ਇੱਥੇ ਸਾਰਾ ਕੁਛ ਹੈ। ਉਹ ਕਹਿੰਦੇ ਹੁੰਦੇ ਨੇ ਨਾ, ਧੀ ਦੀ ਪੇਕਿਆਂ ਜੋ ਡੋਲੀ ਉੱਠਦੀ ਹੈ ਤੇ ਸਹੁਰੇ ਘਰੋਂ ਵਰਤੀ। ਉਹ ਤਾਂ ਪੁੱਤ ਹੁਣ ਮੰਨਦਾ ਤੇਰੀਆਂ ਗੱਲਾਂ, ਪਰ ਹੁਣ ਬਸ ਵੀ ਕੋਈ ਨਾ, ਹੁਣ ਇੰਨਾ ਕੁਛ ਬਣ ਗਿਆ, ਹੁਣ ਇਕੱਲੀ ਦਾ ਕਿਵੇਂ ਟਾਈਮ ਪਾਸ ਹੋਊਗਾ ਉਰੇ? ਚਲੋ ਜਵਾਕ ਚੱਲਾ ਹੁੰਦਾ ਬੰਦਾ ਐਵੇਂ ਜਿਹਾ ਜਵਾਕ ਦੇ ਸਿਰ 'ਤੇ ਟਾਈਮ ਪਾਸ ਕਰ ਲੈ ਤੂੰ, ਹੁਣ ਇਕੱਲੀ ਦਾ ਬਹੁਤ ਔਖਾ ਤੇਰਾ। ਮੈਂ ਉੱਥੇ ਚੱਲ ਪਿੰਡ ਕੋਈ ਵਧੀਆ ਰਿਸ਼ਤਾ ਦੇਖ ਕੇ ਚੰਗੇ ਘਰ ਵਿਆਹ ਦਾਂਗੇ, ਇਹ ਜ਼ਮੀਨ ਆਪਦੀ ਤੂੰ ਠੇਕੇ 'ਤੇ ਦਿੰਦੀ ਰਹੀ। ਬਾਪੂ ਇਹ ਕੋਈ ਗੁੱਡੇ ਗੁੱਡੀ ਦਾ ਖੇਲ ਹੈ ਵੀ ਜੇ ਇੱਥੇ ਨਾ ਤਾਂ ਉੱਥੇ ਸਹੀ, ਇਹ ਕੋਈ ਗਮ ਹੈ ਇਸਦਾ ਸੌਦਾ ਥੋੜ੍ਹੀ ਹੈ, ਜ਼ਿੰਦਗੀ ਹੈ ਮੇਰੀ, ਮੈਂ ਥਾਂ ਥਾਂ ਨਹੀਂ ਰੁਲਣਾ ਚਾਹੁੰਦੀ। ਪੁੱਤ ਫਿਰ ਹੁਣ ਜ਼ਿੰਦਗੀ ਕਿਵੇਂ ਲੰਘਾਵੇਂ ਇਕੱਲੀ? ਇੰਨੀ ਐਡੀ ਵੱਡੀ ਉਮਰ ਹੈ, ਤੇਰੀ ਉਮਰ ਵੀ ਕੁਛ ਨਹੀਂ ਹੈਗੀ, ਆਪੇ ਲੰਘ ਜੂਗੀ। ਪੁੱਤ ਔਖਾ ਹੋ ਜਾਣਾ ਮੈਨੂੰ ਲੱਗਦਾ, ਲੋਕ ਗੱਲਾਂ ਕਰਨ 'ਤੇ ਹੋ ਜਾਂਦੇ ਨੇ। ਹੁਣ ਤਾਂ ਮੈਂ ਬੈਠਾ ਜਿਉਂਦਾ ਜਾਗਦਾ, ਮੇਰੇ ਸਿਰ 'ਤੇ ਟਾਈਮ ਪਾਸ ਕਰ ਲਏਗੀ, ਹੁਣ ਜਦੋਂ ਮੈਂ ਅੱਖਾਂ ਵਿੱਚ ਗਿਆ ਫਿਰ ਕਿਹਦੇ ਸਾਰੇ ਕੱਟੇਗੀ ਟਾਈਮ? ਲੋਕਾਂ ਦੀਆਂ ਨਜ਼ਰਾਂ ਬਹੁਤ ਮਾੜੀਆਂ ਹੁੰਦੀਆਂ ਨੇ ਪੁੱਤ, ਤਾਂ ਕਰਕੇ ਕਹਿੰਦਾ ਵੀ ਕਿਸੇ ਬੜਾ ਬੰਨੇ ਲਾ ਦੂੰਗਾ ਮੈਂ ਤੈਨੂੰ।
ਨਹੀਂ ਬਾਪੂ, ਮੈਂ ਹੋਰ ਵਿਆਹ ਨਹੀਂ ਕਰਾਉਣਾ। ਚਲ ਪੁੱਤਰ ਨਹੀਂ ਕਰਾਉਣਾ, ਚਲ ਤੂੰ ਮੇਰੇ ਨਾਲ ਵਗ ਚੱਲ ਉੱਥੇ, ਆਪਾਂ ਧੀ ਬਾਪ ਆਪਦਾ ਟਾਈਮ ਪਾਸ ਤਾਂ ਕਰ ਲਾਂਗੇ। ਪੂਰੇ ਵਾਲੀ ਜ਼ਮੀਨ ਤੂੰ ਆਪਦੇ ਠੇਕੇ ਦੇ ਦਿੰਦੀ ਰਹੀ, ਠੇਕੇ ਦੇ ਜਾ ਕਰੀ, ਆਪਦਾ ਉੱਥੇ ਆਪਦਾ ਟਾਈਮ ਪਾਸ ਹੋ ਜੂ ਤੇਰਾ। ਮੈਂ ਇੱਕ ਹੀ ਸ਼ਰਤ 'ਤੇ ਜਾਊਂਗੀ ਬਾਪੂ। ਹਾਂ ਪੁੱਤ, ਵੀ ਦਿਵਾਲੀ ਤੋਂ ਬਾਅਦ ਆ ਰਿਸ਼ਤੇ ਵਾਲੀ ਗੱਲ ਮੇਰੇ ਨਾਲ ਦੁਬਾਰਾ ਨਹੀਂ ਕਰੇਗਾ। ਚੱਲ ਪੁੱਤ, ਜਿਵੇਂ ਤੈਨੂੰ ਚੰਗਾ ਲੱਗਦਾ ਉਵੇਂ ਕਰ ਲਈ ਫਿਰ, ਹੋਰ ਕੀ ਆ। ਮੈਂ ਤਾਂ ਤੇਰਾ ਭਲਾ ਸੋਚਦਾ ਸੀ, ਕਰਿਆ ਤਾਂ ਪਹਿਲਾਂ ਵੀ ਭਲਿਆਂ ਨੂੰ ਸੀ, ਹੁਣ ਇਹ ਕੀ ਪਤਾ ਦੀ ਵੀ ਕੰਜਰ ਦਾ ਨਸ਼ੇ ਕਰਦਾ। ਹੁਣ ਰਿਸ਼ਤੇਦਾਰੀ 'ਤੇ ਯਕੀਨ ਕਰ ਲਿਆ? ਉਹੀ ਕਹਿੰਦੇ ਹੁੰਦੇ ਨੇ ਰਿਸ਼ਤੇਦਾਰੀ ਡੁੱਬਦੇ ਨੇ, ਉਹਨਾਂ ਨੇ ਡੁੱਬਦਾ, ਨਾਲੇ ਉਹਨਾਂ ਨੂੰ ਸਾਰਾ ਪਤਾ ਸੀ ਵੀ ਨਸ਼ੇ ਕਰਦਾ। ਪੁੱਤ ਹੁਣ ਅਗਲਾ ਉਦੋਂ ਤਾਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਗਾ ਨਾ, ਸਾਡਾ ਮੁੰਡਾ ਨਹੀਂ ਨਸ਼ੇ ਪੱਤੇ ਨਹੀਂ ਕਰਦਾ, ਇਹਨੂੰ ਨਹੀਂ ਹੱਥ ਲਾਉਂਦਾ, ਇਹਨੂੰ ਨਹੀਂ ਹੱਥ ਲਾਉਂਦਾ। ਹੁਣ ਅਗਲਾ ਰਿਸ਼ਤੇਦਾਰੀ 'ਤੇ, ਐਡੀ ਵੱਡੀ ਰਿਸ਼ਤੇਦਾਰੀ 'ਤੇ ਆਪਣੀ, ਉਹ 'ਤੇ ਮੈਂ ਯਕੀਨ ਕਰ ਲਿਆ। ਕਿਸੇ ਨੂੰ ਕੀ ਦੋਸ਼ ਹੈ ਬਾਪੂ, ਜਦ ਆਪਦੀ ਮਾੜੀ ਨਿਕਲ ਜਾਣ, ਕਿਸੇ ਨੂੰ ਆਪਾਂ ਕਹਿ ਵੀ ਕੀ ਸਕਦੇ ਹਾਂ। ਉਹੀ ਗੱਲ ਹੈ ਪੁੱਤ, ਆਪਦਿਆਂ ਵਾਲੇ ਹੁਣ ਉਹਨਾਂ ਨੇ ਤਾਂ ਕੋਈ ਸੋਚਿਆ ਨਹੀਂ ਹੈਗਾ। ਚੱਲ ਕੋਈ ਨਾ ਪੁੱਤ, ਆਪਾਂ ਚੱਲਦੇ ਹਾਂ, ਹੁਣ ਇਹ ਘਰੇ ਚੱਲਦੇ ਹਾਂ, ਜਿਹੜਾ ਕੁਛ ਬਣ ਗਿਆ ਬਣਾ ਗਿਆ, ਹੁਣ ਕਿਸੇ ਦੇ ਕੋਈ ਸਾਰੇ ਨਹੀਂ ਹੈਗਾ, ਇਹ ਤੇਰੇ ਕਰਮ ਨੇ ਪੁੱਤ ਜਿਹੜੇ ਤੇਰੇ ਭਿੜਦੇ ਨੇ, ਹੁਣ ਹੋਰ ਕੀ ਇਲਾਜ ਹੈ। ਚੱਲ ਚੱਲਦੇ ਆਪਾਂ, ਆਪਣੇ ਘਰੇ ਚੱਲਦੇ ਹੋਰ। ਕਿਵੇਂ ਪੁੱਤ, ਅਰਦਾਸ ਜੀ ਹੋਈ ਬੈਠੀ ਹੈ? ਕੁਛ ਨਹੀਂ ਬਾਪੂ, ਵੈਸੇ ਬੈਠ ਗਈ ਸੀ ਮੈਂ ਤਾਂ। ਅੱਛਾ, ਮੈਂ ਤਾਂ ਪੁੱਤ ਤੇਰੇ ਨਾਲ ਗੱਲ ਕਰਨੀ ਸੀ ਇੱਕ। ਹਾਂਜੀ ਬਾਪੂ, ਦੱਸੋ। ਪੁੱਤ ਮੈਂ ਤੇਰੇ ਵਿਆਹ ਬਾਰੇ ਗੱਲ ਕਰਨੀ ਸੀ। ਬਾਪੂ ਜੀ, ਵਿਆਹ ਬਾਰੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੀ ਮੈਂ ਕੋਈ ਵਿਆਹ ਹੁਣ ਕਰਾਉਣਾ ਨਹੀਂ ਹੈਗਾ, ਨਾਲੇ ਮੈਂ ਤੁਹਾਡੇ ਨਾਲ ਆਈ ਇਸੇ ਸ਼ਰਤ 'ਤੇ ਸੀ ਵੀ ਤੁਸੀਂ ਅੱਜ ਤੋਂ ਬਾਅਦ ਮੇਰੇ ਨਾਲ ਵਿਆਹ ਦੀ ਕੋਈ ਗੱਲ ਨਹੀਂ ਕਰੋਗੇ। ਉਹ ਪੁੱਤ, ਤੇਰੀ ਪਸੰਦ ਦੇ ਮੁੰਡਾ ਹੈ ਉਹ? ਮੇਰੀ ਪਸੰਦ ਦਾ? ਹਾਂ। ਲੈ, ਜਦ ਮੈਂ ਵਿਆਹ ਹੀ ਨਹੀਂ ਕਰਾਉਣਾ ਫਿਰ ਪਸੰਦ ਨਾ ਪਸੰਦ ਕੀ ਹੋਗੀ? ਤੂੰ ਸੁਣ ਤਾਂ ਲੈ ਮੇਰੀ ਗੱਲ ਪੂਰੀ, ਤੂੰ ਜਦੋਂ ਜੇ ਨਾ ਤੇਰੇ ਫਿੱਟ ਹੋਈ ਗੱਲ ਨਾ ਕਰਾਈ ਤੂੰ। ਜਦੋਂ ਮੈਂ ਕਰਾਉਣਾ ਨਹੀਂ ਬਾਪੂ ਜੀ, ਸੁਣਾ ਵੀ ਕੀ? ਉਹ ਪੁੱਤ ਮੇਰੀ ਗੱਲ ਸੁਣ, ਤੇਰੀ ਪਸੰਦ ਦਾ ਮੁੰਡਾ ਹੈ ਸੁੱਖੀ, ਜਿਹੜਾ ਤੇਰੇ ਨਾਲ ਕਾਲਜ 'ਚ ਪੜ੍ਹਦਾ, ਤੇਰੇ ਨਾਲ ਪਿਆਰ ਕਰਦਾ ਤੈਨੂੰ। ਸੁੱਖੀ? ਹਾਂ। ਬਾਪੂ ਜੀ, ਉਹ ਤਾਂ ਮੈਨੂੰ ਤੁਹਾਡੇ ਸਾਹਮਣੇ ਛੱਡ ਕੇ ਗਿਆ ਸੀ, ਉਹ ਮੇਰੇ ਨਾਲ ਵਿਆਹ ਕਿੱਦਾਂ ਕਰਾ ਲੂਗਾ? ਨਾਲੇ ਉਹਦੇ ਐਡੇ ਧੋਖੇ ਤੋਂ ਬਾਅਦ ਮੈਂ ਉਹਦੇ ਨਾਲ ਵਿਆਹ ਨਹੀਂ ਕਰਾਉਣਾ। ਉਹ ਪੁੱਤ ਮੇਰੀ ਗੱਲ ਸੁਣ ਪੂਰੀ, ਉਹਦੇ ਵਿੱਚ ਸੁੱਖੀ ਦਾ ਕੋਈ ਗੱਲ ਖੋਟ ਨਹੀਂ ਹੈਗਾ। ਕਿਉਂ, ਕੀ ਖੋਟ, ਕਿਉਂ ਨਹੀਂ ਹੈਗਾ ਖੋਟ? ਨਾਲੇ ਤੁਹਾਡੇ ਸਾਹਮਣੇ ਕਿੱਦਾਂ ਮੈਨੂੰ ਠੁਕਰਾ ਕੇ ਗਿਆ ਸੀ ਇਨਕਾਰ ਕਰਕੇ, ਮੈਂ ਉਹ ਗੱਲ ਕਿਵੇਂ ਭੁੱਲ ਜਾ? ਪੂਰੀ ਗੱਲ ਦੱਸਦਾ ਪੁੱਤ, ਉਹ ਗੱਲ ਤਾਂ ਇਸ ਤਰ੍ਹਾਂ ਹੋਈ ਸੀ। ਐਵੇਂ ਕਰ ਪੁੱਤ, ਪ੍ਰੀਤਾ ਚਾਹ ਪਾਣੀ ਦਾ ਕਰ ਪ੍ਰਬੰਧ, ਤੂੰ, ਮੈਂ ਕਰਦਾ ਮੁੰਡੇ ਨਾਲ ਗੱਲ। ਠੀਕ ਹੈ। ਜ਼ਮੀਨ ਜ਼ਮੂਨ ਕਿੰਨੀ ਕੁ ਹੁੰਦੀ ਹੈ ਪੁੱਤ? ਜ਼ਮੀਨ ਤਾਂ 2 ਕਿੱਲੇ ਆ ਗਈ। 2 ਕਿੱਲਿਆਂ ਨਾਲ ਪੁੱਤ ਕੀ ਖੁਸ਼ੀ ਦੇ ਦੇਗਾ ਮੇਰੀ ਧੀ ਨੂੰ ਤੂੰ, ਕੀ ਗੁਜ਼ਾਰਾ ਕਰ ਲੈਂਦਾ ਉਹਦੇ ਨਾਲ ਤੂੰ? ਬਸ ਤੁਹਾਨੂੰ ਪਤਾ ਹੀ ਫਿਰ, ਹੁਣ ਜ਼ਮੀਨ ਤਾਂ ਜਦੋਂ ਸ਼ੁਰੂ ਤੋਂ ਇੰਨੀ ਹੈ ਹੈ ਨਾ, ਬਾਕੀ ਮੈਂ ਕੋਸ਼ਿਸ਼ ਕਰੂੰਗਾ ਬਈ ਪੜ੍ਹ ਲਿਖ ਕੇ ਚਲਾ, ਕੋਈ ਨੌਕਰੀ ਮਿਲ ਜੇ। ਹੁਣ ਨੌਕਰੀਆਂ ਕਿੱਥੇ ਤਰੀਆਂ ਨੇ ਪੁੱਤ, ਉਹਦਾ ਕਿਸਮਤ ਦੇ ਸੌਦੇ ਨੇ, ਮਿਲੇ ਨਾ ਮਿਲੇ, ਨੌਕਰੀਆਂ ਦਾ ਕੋਈ ਐਡਾ ਹੈ ਹੀ ਨਹੀਂ ਵੀ ਹਾਂ ਪੱਕੀ ਆਪਣੇ
ਪੰਨਾ ਪੜ੍ਹਿਆ ਲਿਖਿਆ ਵੀ ਨੌਕਰੀ ਮਿਲੇ ਜਾਊਗੀ, ਇਹ ਤਾਂ ਗੱਲ ਹੋ ਹੀ ਨਹੀਂ ਸਕਦੀ। ਮਿਹਨਤ ਜ਼ਿਮੀਂਦਾਰਾਂ ਦਾ ਕੀ ਹੁੰਦਾ, ਜ਼ਮੀਨ 'ਤੇ ਹੁੰਦਾ, 2 ਕਿੱਲੇ ਨਾਲ ਕੀ ਕਰੇਗਾ ਤੂੰ, ਗੁਜ਼ਾਰੀ ਨਹੀਂ ਹੋਣਾ ਤੇਰਾ। ਬਸ ਬਾਕੀ ਤਾਂ ਇਹ ਮੈਨੂੰ ਪਤਾ ਨਹੀਂ, ਮੈਨੂੰ ਇੰਨਾ ਪਤਾ ਪ੍ਰੀਤ ਮੇਰੇ ਨਾਲ ਖੁਸ਼ ਰਹਿ ਸਕਦੀ ਆ, ਮੈਂ ਉਹਨੂੰ ਸੱਚੇ ਦਿਲੋਂ ਪਿਆਰ ਕਰਦਾ ਅਤੇ ਉਹਦੀ ਰੂਹ ਨੂੰ ਪਿਆਰ ਕਰਦਾਂਗਾ, ਅਤੇ ਮੈਂ ਦੁਨੀਆ ਦੀ ਉਹਨੂੰ ਹਰ ਇੱਕ ਖੁਸ਼ੀ ਦੇ ਸਕਦਾ। ਪੁੱਤ ਰੂਹਾਂ ਦੇ ਪਿਆਰ ਨਾਲ ਕੋਈ ਜ਼ਿੰਦਗੀ ਨਹੀਂ ਚੱਲਦੀ ਹੁੰਦੀ, ਜ਼ਿੰਦਗੀ ਚੱਲਦੀ ਹੁੰਦੀ ਆ ਪੈਸੇ ਨਾਲ। ਠੀਕ ਹੈ, ਪੈਸਾ ਤਾਂ ਹੋਊਗਾ ਜੇ ਜਾਇਦਾਦ ਹੋਊਗੀ, ਜਾਇਦਾਦ ਤਾਂ ਲਵੇ ਹੈ ਨਹੀਂ, ਜੇ ਕਿ ਪੁੱਤੇ ਰਿਸ਼ਤਾ ਨਹੀਂ ਹੋ ਸਕਦਾ। ਠੀਕ ਹੈ, ਰਹੀ ਗੱਲ ਮੈਂ ਆਪਦੀ ਖੁਸ਼ੀ ਕੁੜੀ ਦੀ ਖੁਸ਼ੀ ਵਾਸਤੇ ਤੈਨੂੰ ਮਿਲਣਾ ਕਰ ਤੇ ਹਾਂ ਕਰਤੀ ਤੀ, ਪਰ ਹੁਣ ਅਹਿਸਾਸ ਨਾ ਹੋਵੇ ਵੀ ਮੈਂ ਰਿਸ਼ਤੇ ਵਾਸਤੇ ਜਵਾਬ ਦਿੱਤਾ। ਮੇਰੀ ਇੱਕ ਗੱਲ ਸੁਣ ਲਓ, ਕੋਈ ਚੱਕਰ ਨਹੀਂ ਹੈਗਾ, ਕਈ ਵਾਰੀ ਜਿਹੜਾ ਰੱਬ ਆ ਨਾ ਬੰਦੇ ਨੂੰ ਅਜਿਹੇ ਹਾਲਾਤ 'ਚ ਖੜਾ ਕੇ ਰੱਖ ਦਿੰਦਾ ਗਾ ਕਿ ਉੱਥੇ ਪੈਸਾ ਵੀ ਨਹੀਂ ਕੰਮ ਕਰਦਾ, ਉੱਥੇ ਪਿਆਰ ਅਤੇ ਜਿਹੜਾ ਦੋ ਰੂਹਾਂ ਦਾ ਮੇਲ ਹੁੰਦਾ ਨਾ ਉਹੀ ਕੰਮ ਕਰਦਾ, ਹਰ ਇੱਕ ਥਾਵੇਂ ਪੈਸਾ ਵੀ ਨਹੀਂ ਕੰਮ ਆਉਂਦਾ। ਪੈਸਾ ਬੰਦੇ ਨੂੰ ਉਹ ਖੁਸ਼ੀ ਨਹੀਂ ਦੇ ਸਕਦਾ ਜੋ ਬੰਦੇ ਦਾ ਹਾਣ ਪ੍ਰਵਾਨ ਜਾਂ ਉਹਨੂੰ ਪਿਆਰ ਦੇ ਸਕਦਾ ਗਾ। ਬਾਕੀ ਤੁਸੀਂ ਕਹਿੰਦੇ ਹੋ ਕੋਈ ਚੱਕਰ ਨਹੀਂ, ਮੈਂ ਉਹਦੇ ਰਾਹ 'ਚੋਂ ਹਟ ਜਾਂਦਾ ਗਾ। ਹਾਂ ਪੁੱਤ, ਇਸ ਹਿਸਾਬ ਨਾਲ ਜਵਾਬ ਦੇਖ ਕੇ ਜਾਣਾ ਵੀ ਉਹਨੂੰ ਅਹਿਸਾਸ ਨਾ ਹੋਵੇ ਮੇਰੇ ਬਾਪ ਨੇ ਜਵਾਬ ਦਿੱਤੇ ਰਿਸ਼ਤੇ ਨੂੰ। ਨਹੀਂ ਉਹ ਤਾਂ ਤੁਹਾਡੀ ਗੱਲ ਠੀਕ ਆ, ਪਰ ਮੈਂ ਇੱਕ ਗੱਲ ਦਾ ਕਹਿਣਾ ਗਾ, ਕਿਸੇ ਹੋਰ ਮੁੰਡੇ ਨਾਲ ਮੇਰੇ ਤੋਂ ਬਗੈਰ ਖੁਸ਼ ਨਹੀਂ ਰਹਿ ਸਕਦੀ, ਜਿੰਨਾ ਪਿਆਰ ਉਹਨੂੰ ਮੈਂ ਕਰਦਾ ਨਾ ਉਹ ਵੀ ਮੈਨੂੰ ਉਨਾ ਹੀ ਪਿਆਰ ਕਰਦੀ ਹੈਗੀ। ਪਿਆਰ ਨਾਲ ਨਹੀਂ ਪੁੱਤ ਜ਼ਿੰਦਗੀ ਲੰਘਦੀ ਹੁੰਦੀ, ਮੈਂ ਉਹਦੇ ਵਾਸਤੇ ਰਿਸ਼ਤਾ ਟੋਲ ਰੱਖਿਆ, 10 ਕਿੱਲੇ ਜ਼ਮੀਨ ਦੇ ਨੇ, ਵਧੀਆ ਐਸ਼ ਕਰੂਗੀ ਉੱਥੇ। ਠੀਕ ਹੈ, ਚਲੋ ਠੀਕ ਹੈ ਬਾਪੂ, ਮੈਂ ਆਪਦੀ ਧੀ ਦੀ ਖੁਸ਼ੀ ਵਾਸਤੇ ਤੈਨੂੰ ਮਿਲਣ ਵਾਸਤੇ ਹਾਂ ਕਰਤੀ। ਠੀਕ ਹੈ ਬਾਪੂ ਜੀ, ਜੇ ਤੁਸੀਂ ਚਾਹੁੰਦੇ ਹੋ ਕਿ ਉਹ ਮੁੰਡੇ ਨਾਲ ਹੀ ਉਹਦੀ ਖੁਸ਼ੀ ਆ ਕਿ ਮੇਰੇ ਨਾਲ ਨਾ ਰਿਸ਼ਤਾ ਕਰਵਾ ਕੇ ਉਹ ਖੁਸ਼ ਰਹੂਗੀ, ਹਾਂ ਤਾਂ ਕੋਈ ਚੱਕਰ ਨਹੀਂ, ਮੈਂ ਉਹਨੂੰ ਕੋਈ ਹੋਰ ਬਹਾਨਾ ਮਾਰ ਦਿੰਦਾ ਗਾ, ਤੁਸੀਂ ਐਂ ਕਰ ਲਓ ਫਿਰ। ਬਾਕੀ ਮੇਰਾ ਤਾਂ ਤੁਹਾਨੂੰ ਸਮਝਾਉਣ ਦਾ ਫਰਜ਼ ਸੀ ਕਿ ਪ੍ਰੀਤ ਕਿਸੇ ਨਾਲ ਹੋਰ ਖੁਸ਼ ਨਹੀਂ ਰਹਿ ਸਕਦੀ, ਨਾ ਹੀ ਉਹਨੂੰ ਮੇਰੇ ਵਰਗਾ ਮੁੰਡਾ ਮਿਲੇ ਪਿਆਰ ਕਰਨ ਵਾਲਾ। ਪਿਆਰ ਪੂਰ ਤਾਂ ਦੇਖੋ ਪੁੱਤ, ਮਾਂ ਬਾਪ ਨੂੰ ਤਾਂ ਸਭ ਤੋਂ ਵੱਡਾ ਆਪਦੀ ਖੁਸ਼ੀ ਧੀ ਦੀ ਹੁੰਦੀ ਹੈ ਵੀ ਜਿੱਥੇ ਵਧੀਆ ਜਾਇਦਾਦ ਹੋਵੇ, ਪੈਸਾ ਟਕਾ ਹੋਵੇ, ਮਾਂ ਬਾਪ ਇਹੀ ਚੀਜ਼ ਦੇਖਦੇ ਨੇ, ਪਿਆਰ ਪੂਰ ਤਾਂ ਆਪੇ ਹੁੰਦੇ ਰਹਿੰਦੇ ਨੇ। ਠੀਕ ਹੈ, ਪਿਆਰਾਂ ਨਾਲ ਘਰ ਨਹੀਂ ਤੁਰਦੇ ਹੁੰਦੇ ਜਿੱਥੇ ਤੱਕ ਸਾਡੀ ਸਮਝ ਹੈ। ਚਲੋ ਠੀਕ ਆ ਬਾਪੂ ਜੀ, ਪ੍ਰੀਤ ਅਤੇ ਤੁਹਾਡੀ ਖੁਸ਼ੀ ਵਾਸਤੇ ਮੈਂ ਪ੍ਰੀਤ ਦੇ ਰਾਹ 'ਚੋਂ ਹਟ ਜਾਂਦਾ ਗਾ, ਮੈਂ ਤੁਹਾਡੇ ਰਾਹ 'ਚੋਂ ਰੋੜਾ ਨਹੀਂ ਬਣੂੰਗਾ, ਮੈਂ ਫਿਰ ਵੀ ਉਹਨੂੰ ਸੱਚੇ ਦਿਲੋਂ ਪਿਆਰ ਕਰਦਾ। ਚੱਲ ਕੋਈ ਨਾ ਪੁੱਤ, ਬਸ ਆਹ ਗੱਲ ਵਾਸਤੇ ਸਾਰੀ, ਉਹ ਤਾਂ ਉਹਦੇ ਵਿੱਚ ਕੋਈ ਖੋਟ ਨਹੀਂ, ਉਹ ਤਾਂ ਮੈਂ ਹੀ ਕਿਹਾ ਤੀ ਉਹਨੂੰ। ਬਾਪੂ ਜੀ, ਤੁਸੀਂ ਮੈਨੂੰ ਐਡਾ ਵੱਡਾ ਧੋਖਾ ਕੀਤਾ, ਮੈਨੂੰ ਉਮੀਦ ਨਹੀਂ ਸੀ। ਪੁੱਤ, ਇਹਦੇ ਵਿੱਚ ਧੋਖਾ ਨਹੀਂ ਹੈਗਾ, ਉਦੋਂ ਮੈਂ ਤੇਰੇ ਭਲੇ ਬਾਰੇ ਸੋਚਦਾ ਸੀ, ਮੈਂ ਸੋਚਦਾ ਸੀ ਵੀ 2 ਕਿੱਲਿਆਂ ਪਿੱਛੇ ਤੇਰਾ ਕਿੱਥੇ ਗੁਜ਼ਾਰਾ ਹੋਊਗਾ। ਇੱਕ ਮੈਨੂੰ ਮਜਬੂਰੀ 'ਚ ਕਹਿਣਾ ਪੈ ਗਿਆ ਸਾਰੀ ਇਹ ਗੱਲਬਾਤ, ਉਹਦੇ ਉਹ ਤਾਂ ਤੈਨੂੰ ਬਹੁਤ ਪਿਆਰ ਕਰਦਾ ਅਤੇ ਉਹ ਕਹਿੰਦਾ ਸੀ ਮੈਂ ਤੈਨੂੰ ਹਰ ਇੱਕ ਖੁਸ਼ੀ ਦਊਂਗਾ, ਪਰ ਮੈਂ ਮਜਬੂਰ ਤੀ, ਮੈਂ ਸੋਚਦਾ ਸੀ ਵੀ 2 ਕਿੱਲਿਆਂ ਤੋਂ ਤੈਨੂੰ ਕੀ ਖੁਸ਼ੀ ਦੇ ਸਕਦਾ। ਬਾਪੂ ਜੀ, ਗੱਲ 2 ਕਿੱਲਿਆਂ ਦੀ ਜਾਂ 10 ਕਿੱਲਿਆਂ ਦੀ ਨਹੀਂ ਸੀ, ਜਿਹੜੀ ਖੁਸ਼ੀ ਮੈਨੂੰ ਉਹਦੇ ਨਾਲ ਰਹਿ ਕੇ ਮਿਲਦੀ ਉਹ 10 ਕਿੱਲਿਆਂ 'ਚ ਨਹੀਂ ਸੀ, ਨਾਲੇ ਮੈਨੂੰ ਜ਼ਮੀਨ ਨਹੀਂ ਚਾਹੀਦੀ ਸੀ, ਜਿਹੜਾ ਸਾਥ ਮੇਰਾ ਸੁੱਖੀ ਦੇ ਦਿੰਦਾ ਉਹ ਉਹਦੇ ਤੋਂ ਦਿੱਤਾ ਨਹੀਂ ਗਿਆ, ਨਾਲੇ ਤੁਹਾਡੇ ਸਾਹਮਣੇ ਹੈ, ਮੈਂ 2 ਕਿੱਲਿਆਂ 'ਚ ਵੀ ਖੁਸ਼ ਰਹਿ ਲੈਂਦੀ, ਪਰ ਤੁਸੀਂ ਚੰਗਾ ਨਹੀਂ ਕੀਤਾ ਮੇਰੇ ਨਾਲ। ਹੁਣ ਵੀ ਡੁੱਲੇ ਪੈਰਾਂ ਦਾ ਕੁਛ ਨਹੀਂ ਵਿਗੜਿਆ ਪੁੱਤ, ਗੱਲ ਆਪਣੇ ਹੱਥ 'ਚ ਆ, ਹੁਣ ਵੀ ਤੈਨੂੰ ਮੈਂ ਸਾਰੀ ਗੱਲ ਦੱਸਦਾ, ਇੱਕ ਦਿਨ ਮੈਨੂੰ ਸੁੱਖੀ ਮਿਲਿਆ ਰਾਹ 'ਚ ਰਸਤੇ 'ਚ, ਇੱਕ ਦਿਨ ਸੁੱਖੀ ਪੁੱਤ। ਹਾਂਜੀ ਹਾਂਜੀ ਬੋਲੋ ਜੀ। ਠੀਕ ਹੈ ਹੁਣ,
ਹਾਂਜੀ ਠੀਕ ਠਾਕ ਵਧੀਆ, ਤੁਸੀਂ ਦੱਸੋ? ਠੀਕ ਠਾਕ ਪੁੱਤ, ਮੈਂ ਤੈਨੂੰ ਇੱਕ ਗੱਲ ਕਰਨੀ ਸੀ। ਹਾਂਜੀ ਹਾਂਜੀ ਬੋਲੋ। ਹੁਣ ਐਂ ਸੋਚਦਾ ਗੱਲ ਕਿਵੇਂ ਕਰਾਂ ਕਿਵੇਂ ਨਾ। ਨਹੀਂ ਦੱਸੋ ਜੀ, ਕੋਈ ਚੱਕਰ ਨਹੀਂ। ਹੋਰ ਪ੍ਰੀਤ ਕਿਵੇਂ, ਠੀਕ ਆ? ਪ੍ਰੀਤ ਬਾਰੇ ਗੱਲ ਕਰਨੀ ਸੀ ਪੁੱਤ ਮੈਂ। ਅੱਛਾ ਅੱਛਾ ਜੀ, ਦੱਸੋ। ਪ੍ਰੀਤ ਦਾ ਰਿਸ਼ਤਾ ਤਾਂ ਹੋ ਗਿਆ ਜੀ ਪੁੱਤ। ਹਾਂਜੀ ਹਾਂਜੀ, ਉਹ ਪਤਾ ਮੈਨੂੰ। ਅਤੇ ਉਹ ਮੁੰਡਾ ਲਿਖੜਿਆ ਨਸ਼ੇੜੀ। ਅੱਛਾ ਜੀ। ਹਾਂ, ਅਤੇ ਉਹ ਹੁਣ ਉਹਦੀ ਹੋ ਗਈ ਡੈਥ। ਡੈਥ ਹੋ ਗਈ? ਹਾਂ, ਬਹੁਤ ਮਾੜਾ ਹੋਇਆ ਜੀ ਤਾਂ। ਹੋਰ ਫਿਰ ਤਾਂ ਪ੍ਰੀਤ ਦੀ ਜ਼ਿੰਦਗੀ ਰੁਲ ਗਈ ਇੱਕ ਹਿਸਾਬ ਨਾਲ। ਜ਼ਿੰਦਗੀ ਰੁਲ ਗਈ ਪੁੱਤ, ਉਸੇ ਬਾਰੇ ਗੱਲਬਾਤ ਕਰਨੀ ਤੇਰੇ ਨਾਲ ਮੈਂ। ਹਾਂਜੀ ਦੱਸੋ ਕੀ ਗੱਲਬਾਤ ਕਰਨੀ। ਹੁਣ ਵਿਚਾਰੀ ਦੁੱਖਾਂ 'ਚ ਰੋਈ ਜਾਂਦੀ ਹੈ। ਹਾਂਜੀ। ਉਰੇ ਬੈਠੀ ਹੈ। ਹਾਂ ਹਾਂ, ਮੈਂ ਤੇਰੇ ਨਾਲ ਗੱਲ ਕਰਨੀ ਸੀ ਵੀ ਜੇ ਉਹ ਪ੍ਰੀਤ ਨੂੰ ਅਪਣਾ ਲਏਗਾ ਪੁੱਤ ਹੁਣ ਤੋਂ। ਨਹੀਂ ਬਾਪੂ ਜੀ, ਜਿਵੇਂ ਤੁਹਾਡੀ ਮਰਜ਼ੀ, ਮੈਂ ਤਾਂ ਇਹ 'ਚ ਕੀ ਕਹਿ ਸਕਦਾ। ਜੋ ਤੁਹਾਨੂੰ ਚੰਗਾ ਲੱਗੇ। ਮੈਂ ਤਾਂ ਪ੍ਰੀਤ ਨੂੰ ਤੁਹਾਨੂੰ ਦੱਸਿਆ ਸੀ ਉਦੋਂ ਵੀ ਓਨਾ ਪਿਆਰ ਕਰਦਾ ਸੀ ਅਤੇ ਹੁਣ ਵੀ ਓਨਾ ਪਿਆਰ ਕਰਦਾ। ਫਿਰ ਕੀ ਹੋ ਗਿਆ ਜੇ ਕਿਸੇ ਦੀ ਡੋਲੀ 'ਚ ਬਹਿ ਕੇ ਚਲੀ ਗਈ? ਉਹ ਵੀ ਤੁਹਾਡੀ ਮਰਜ਼ੀ ਨਹੀਂ ਹੋਇਆ ਸਭ ਕੁਛ। ਹੋਇਆ ਤਾਂ ਪੁੱਤ ਮਰਜ਼ੀ ਨਾਲ ਤੀ, ਪਰ ਤੁਹਾਨੂੰ ਪਤਾ ਮੈਂ ਕਿਹੜਾ ਉਹਦੇ ਜਿਸਮ ਨੂੰ ਪਿਆਰ ਕਰਦਾ। ਮੈਂ ਤਾਂ ਉਹਦੀ ਰੂਹ ਨੂੰ ਪਿਆਰ ਕਰਦਾ। ਰੂਹ ਤਾਂ ਉਹਦੀ ਮੇਰੇ ਵਿੱਚ ਹੀ ਵੱਸਦੀ ਹੈ ਨਾ, ਅਤੇ ਮੇਰੀ ਰੂਹ ਉਹਦੇ ਵਿੱਚ ਵੱਸਦੀ ਆ। ਉਹ ਤਾਂ ਪੁੱਤ ਠੀਕ ਹੈ, ਪਰ ਮੈਂ ਹੁਣ ਜੱਕ ਜੱਕ ਕੇ ਜੀ ਗੱਲ ਕਰਦਾ ਤੀ ਵੀ ਪਤਾ ਨਹੀਂ ਸੁੱਖੀ ਕੀ ਸੋਚੂ ਆ ਕੀ ਨਾ। ਉਦੋਂ ਗੱਲਾਂ ਹੋਰ ਤੀਆਂ, ਹੁਣ ਗੱਲਾਂ ਹੋਰ ਨੇ। ਇਹ ਗੱਲ ਕਰਦਾ ਜੀ ਪੁੱਤ, ਜੇ ਤੂੰ ਚਾਹੇ ਹੁਣ ਤਾਂ ਪ੍ਰੀਤ ਦਿੰਦੀ ਆ ਵਿਆਹ ਨੂੰ ਜਵਾਬ ਵੀ ਮੈਂ ਵਿਆਹ ਨਹੀਂ ਕਰਾਉਣਾ, ਹੁਣ ਮੈਂ ਜ਼ਿੰਦਗੀ ਤੋਂ ਤੰਗ ਹੋਈ ਪਈ ਹਾਂ ਵੀ ਮੈਂ ਤਾਂ ਬਾਪੂ ਤੇਰੇ ਸਰਾਣੀ ਬੈਠ ਕੇ ਜ਼ਿੰਦਗੀ ਕੱਟ ਲਊਂਗੀ। ਜੇ ਤਾਹੇ ਚਾਹੇ ਪੁੱਤ ਤੂੰ ਤਾਂ ਪ੍ਰੀਤ ਨੂੰ ਖੁਸ਼ੀ ਦੇ ਸਕਦਾ। ਦੇਖੋ ਜੀ, ਜਦੋਂ ਮੇਰੇ ਮਾਂ ਬਾਪ ਦੀ ਡੈਥ ਹੋ ਗਈ ਸੀ ਨਾ, ਉਸ ਤੋਂ ਬਾਅਦ ਮੈਂ ਅਤੇ ਪ੍ਰੀਤ ਮਿਲਦੇ ਸੀ, ਅਤੇ ਮੈਂ ਤੁਹਾਨੂੰ ਵੀ ਆਪਣਾ ਬਾਪੂ ਹੀ ਮੰਨਿਆ ਸੀ, ਅਤੇ ਜਿਵੇਂ ਤੁਸੀਂ ਕਹਿੰਦੇ ਮੈਂ ਉਵੇਂ ਕਰਨ ਲਈ ਤਿਆਰ ਹਾਂ। ਕੋਈ ਗੱਲ ਨਹੀਂ, ਤੁਸੀਂ ਪ੍ਰੀਤ ਨਾਲ ਗੱਲ ਕਰ ਲਿਓ। ਆਪਾਂ ਤਾਂ ਚਾਰ ਲਾਵਾਂ ਹੀ ਲੈਣੀ ਆ ਗੁਰਦੁਆਰੇ 'ਚ ਲੈ ਕੇ, ਮੈਂ ਅਪਣਾ ਲੂੰਗਾ ਪ੍ਰੀਤ ਨੂੰ, ਕੋਈ ਚੱਕਰ ਨਹੀਂ ਹੈਗਾ। ਚੱਲ ਪੁੱਤ, ਫਿਰ ਮੈਂ ਪ੍ਰੀਤ ਨਾਲ ਗੱਲ ਕਰੂੰਗਾ, ਠੀਕ ਹੈ? ਕੋਈ ਨਹੀਂ, ਗੱਲ ਕਰਕੇ ਮੈਨੂੰ ਫੋਨ ਕਰ ਦਿਓ। ਮੈਂ ਤਾਂ ਦੂਸਰੇ ਦਿਨ ਹੀ ਚਾਹੇ ਵਿਆਹ ਕਰਵਾ ਲੂੰਗਾ, ਕੋਈ ਚੱਕਰ ਨਹੀਂ। ਤੇਰਾ ਬਹੁਤ ਬਹੁਤ ਧੰਨਵਾਦ ਪੁੱਤ। ਨਹੀਂ, ਧੰਨਵਾਦ ਕਹਿ ਕੇ ਮੈਨੂੰ ਸ਼ਰਮਿੰਦਾ ਨਾ ਕਰੋ। ਇਹ ਚੀਜ਼ ਤਾਂ ਮੇਰਾ ਫਰਜ਼ ਬਣਦਾ ਨਾ, ਪ੍ਰੀਤ ਮੇਰਾ ਪਹਿਲਾ ਪਿਆਰ ਆ ਅਤੇ ਆਖਰੀ ਵੀ ਉਹੀ ਆ। ਉਹ ਤੋਂ ਬਿਨਾਂ ਮੈਂ ਵਿਆਹ ਕਰਾਉਣ ਦਾ ਇਰਾਦਾ ਹੀ ਛੱਡਤਾ ਸੀ। ਚੱਲ ਠੀਕ ਆ, ਉਸ ਤੋਂ ਬਾਅਦ ਜਿੱਥੇ ਉਹ ਮੈਨੂੰ ਛੱਡ ਕੇ ਗਈ ਸੀ ਮੈਂ ਉਹੀ ਮੋੜ 'ਤੇ ਖੜਾਂਗਾ ਅੱਜ ਵੀ। ਅੱਜ ਵੀ ਮੈਂ ਉਹਨੂੰ ਉਨੀ ਪਿਆਰ ਕਰਦਾ ਜਿੰਨਾ ਉਦੋਂ ਕਰਦਾ ਸੀ। ਚੱਲ ਠੀਕ ਹੈ ਪੁੱਤ, ਤੇਰਾ ਧੰਨਵਾਦ। ਜੇ ਤੂੰ ਇਹ ਮੇਰੀ ਲੱਜਾ ਰੱਖਦੇ ਨਾ, ਮੇਰੇ ਸਿਰ ਤੋਂ ਬੋਝ ਉਤਰ ਜੂ। ਨਹੀਂ ਕੋਈ ਨਹੀਂ, ਤੁਸੀਂ ਫਿਕਰ ਨਾ ਕਰੋ। ਠੀਕ ਹੈ, ਸਤਿ ਸ਼੍ਰੀ ਅਕਾਲ। ਚੰਗਾ ਪੁੱਤ। ਹਾਂ, ਆਹ ਗੱਲਬਾਤ ਹੋਈ, ਉਹਨੂੰ ਮੈਂ ਸਮਝਾਈ ਤਾਂ ਉਹ ਮੈਨੂੰ ਸਮਝ ਗਿਆ ਗੱਲ। ਕਹਿੰਦਾ ਬਾਪੂ ਜੀ, ਉਹਨੇ ਮੈਨੂੰ ਦੱਸਤਾ ਵੀ ਮੈਂ ਹੁਣ ਵੀ ਪ੍ਰੀਤ ਨਾਲ ਵਿਆਹ ਕਰਾਉਣ ਨੂੰ ਤਿਆਰ ਹਾਂ। ਮੈਂ ਵੀ ਹਾਲੇ ਤੱਕ ਉਹਨੇ ਵਿਆਹ ਨਹੀਂ ਕਰਾਇਆ, ਵਧੀਆ ਨੌਕਰੀ 'ਤੇ ਲੱਗ ਰਿਹਾ। ਉਹ ਹੋ ਸਕਦਾ ਰੱਬ ਨੇ ਤੇਰੇ ਕਰਕੇ ਉਹਦਾ ਵਿਆਹ ਨਹੀਂ ਹੋਣ ਦਿੱਤਾ, ਜਾਂ ਕੋਈ ਕਿਸੇ ਵੀ ਤਰ੍ਹਾਂ ਕਿਸਮਤ ਨੇ ਗੇੜਾ ਦਿੱਤਾ, ਹੁਣ ਅੱਜ ਉਹ ਦੁਬਾਰੇ ਤਿਆਰ ਹੈ ਤੇਰੇ ਨਾਲ ਵਿਆਹ ਕਰਾਉਣ ਨੂੰ। ਅੱਛਾ ਬਾਪੂ ਜੀ, ਹਾਂ ਤੁਹਾਡੀ ਗੱਲ ਹੋਈ ਸੀ ਸੁੱਖੀ ਨਾਲ? ਹਾਂ ਮੇਰੀ ਸੁੱਖੀ ਨਾਲ, ਤੈਨੂੰ ਮੈਂ ਦੱਸੀ ਜਿਹੜੀ ਗੱਲਬਾਤ ਆ ਸਾਰੀ ਗੱਲਬਾਤ ਹੋ ਗਈ ਸੀ। ਸੁੱਖੀ ਕਹਿੰਦਾ ਤੀ, ਕਹਿੰਦਾ ਮੈਂ ਆਊਂਗਾ ਤੁਹਾਡੇ ਘਰੇ ਗੱਲਬਾਤ ਕਰੂੰਗਾ, ਮੈਂ ਪ੍ਰੀਤ ਨਾਲ ਹੁਣ ਵੀ ਗੱਲ ਕਰੂੰਗਾ, ਆ ਕੇ ਕਹਿੰਦਾ ਪ੍ਰੀਤ ਮੈਂ ਅਪਣਾਉਣ ਨੂੰ ਤਿਆਰ ਹਾਂ। ਅੱਛਾ ਬਾਪੂ ਜੀ, ਹਾਂ ਸੱਚੀ ਸੁੱਖੀ ਅੱਜ ਵੀ ਮੈਨੂੰ ਉਨੇ ਪਿਆਰ ਕਰਦਾ? ਹਾਂ ਪੁੱਤ, ਉਨਾ ਹੀ ਕਰਦਾ ਪਿਆਰ। ਉਹ ਤਾਂ ਮੇਰੀ ਸੋਚ ਏ ਥੋੜ੍ਹੀ ਜਿਹੀ ਹੋਰ ਤੀ। ਚਲੋ ਸੋਚ ਵੀ ਕੀ ਤੀ, ਜਵਾਨੇ ਨੂੰ ਦੇ ਸਾਹਿਬ ਦੇ ਨਾਲ ਮੈਨੂੰ ਚੱਲਣਾ ਪੈ ਗਿਆ, ਠੀਕ ਹੈ? ਮੈਂ ਆਪਦੇ ਡਰ ਤੋਂ ਡਰਤੀ ਵੀ ਕਿਤੇ 2 ਕਿੱਲਿਆਂ ਦੇ ਕੱਲ੍ਹ ਨੂੰ ਐਵੇਂ ਰੁਲਦੀ ਫਿਰੇ, ਨੌਕਰੀ ਨਾ ਮਿਲੇ। ਚਲੋ ਅੱਜ ਪਰਮਾਤਮਾ ਨੇ ਵਧੀਆ ਸੋਣ ਰੱਖੀ ਹੈ, ਵਧੀਆ ਨੌਕਰੀ 'ਤੇ ਲੱਗ ਰਿਹਾ, ਉਹ 4 ਰੁਪਈਏ ਕਮਾਉਂਦਾ, ਹੁਣ ਤੈਨੂੰ ਖੁਸ਼ੀ ਦੇ ਸਕਦਾ ਉਹ। ਨਹੀਂ ਬਾਪੂ ਜੀ, ਗੱਲ ਨੌਕਰੀ ਦੀ ਜਾਂ ਪੈਸਿਆਂ ਦੀ ਨਹੀਂ,
ਜਿਹੜੀ ਖੁਸ਼ੀ ਸੁੱਖੀ ਨਾਲ ਰਹਿ ਕੇ, ਚਾਹੇ ਉਹ ਮੈਨੂੰ ਕੁਛ ਵੀ ਨਾ ਲੱਗ ਦਿੰਦਾ, ਚਾਹੇ ਕੁਛ ਵੀ, ਜਿਹੜੀ ਖੁਸ਼ੀ ਉਹਦੇ ਨਾਲ ਰਹਿਣ 'ਚ ਸੀ ਉਹ ਕਿਸੇ ਪੈਸੇ ਜਾਂ ਕਿਸੇ ਜ਼ਮੀਨ ਨਾਲ ਨਹੀਂ। ਮੈਂ ਸੱਚੀ ਅੱਜ ਬਹੁਤ ਖੁਸ਼ ਹਾਂ ਵੀ ਸੁੱਖੀ ਮੈਨੂੰ ਅਪਣਾਉਣ ਨੂੰ ਤਿਆਰ ਹੈ, ਪਰ ਬਾਪੂ ਜੀ ਮੈਨੂੰ ਹਜੇ ਵੀ ਯਕੀਨ ਨਹੀਂ ਹੁੰਦਾ ਵੀ ਸੁੱਖੀ। ਪੁੱਤ ਯਕੀਨ ਦਵਾਉਣ ਵਾਸਤੇ ਮੈਂ ਉਹਨੂੰ ਕੱਲ੍ਹ ਨੂੰ ਬੁਲਾਇਆ ਆਪਣੇ ਘਰੇ। ਸੱਚੀ ਬਾਪੂ ਜੀ? ਹਾਂ, ਆਪਣੇ ਘਰੇ ਆਊਗਾ, ਤੇਰੇ ਸਾਹਮਣੇ ਗੱਲਬਾਤ ਕਰਾਂਗੇ ਆਪਾਂ, ਠੀਕ ਹੈ? ਉਹ ਕਹਿੰਦਾ ਵੀ ਬਾਪੂ ਜੀ ਮੈਂ ਤਾਂ ਬਹੁਤਾ ਇਕੱਠ ਵੀ ਨਹੀਂ ਕਰਦਾ, ਮੈਂ ਤਾਂ ਚੁੰਨੀ ਚੜਾਵਾ ਕਰਕੇ ਹੀ ਲੈ ਜਾਊਂਗਾ, ਉਹ ਤਾਂ ਇਹ ਗੱਲਾਂ 'ਚ ਵਿਸ਼ਵਾਸ ਵੀ ਨਹੀਂ ਰੱਖਦਾ ਹੈਗਾ। ਹਾਂ, ਇਹ ਤਾਂ ਮੈਨੂੰ ਪਤਾ ਹੈ, ਸੁੱਖੀ ਸ਼ੋਅ ਆਫ ਜਾਂ ਸ਼ੋਸ਼ੇਬਾਜ਼ੀਆਂ 'ਚ ਯਕੀਨ ਨਹੀਂ ਰੱਖਦਾ। ਹਾਂ ਹਾਂ, ਉਹ ਤਾਂ ਸਿੰਪਲ ਅਤੇ ਸਾਦਾ ਜਿਹਾ ਹੀ ਹੈ ਸ਼ੁਰੂ ਤੋਂ। ਚਲੋ, ਪਰਮਾਤਮਾ ਦਾ ਹੁਣ ਵੀ ਲੱਖ ਲੱਖ ਸ਼ੁਕਰ ਹੈ ਵੀ ਮੌਕੇ 'ਤੇ ਆਪਣੀ ਸਾਰੀ ਗੱਲ ਸੰਭਲ ਗਈ, ਤੇਰਾ ਘਰ ਬਸ ਜੂਗਾ, ਰਸ ਜੂਗਾ, ਖੁਸ਼ੀ ਖੁਸ਼ੀ ਆਪਦੇ ਘਰੇ ਰਹੇਗੀ, ਕੱਲ੍ਹ ਨੂੰ ਆਊਗਾ ਆਪਾਂ ਸਾਰੀ ਗੱਲਬਾਤ ਕਰ ਲਵਾਂਗੇ। ਠੀਕ ਹੈ, ਠੀਕ ਹੈ। ਹੁਣ ਮੈਂ ਮਾੜਾ ਜਿਹਾ ਖੇਤ ਜਾਇਆ ਵਾਂ, ਇਹਨੇ ਮਾੜਾ ਮੋਟਾ ਕੰਮ ਧੰਦਾ ਤੂੰ ਕਰ ਲੈ, ਠੀਕ ਹੈ? ਗੇੜਾ ਮਾਰਿਆ ਮੈਂ। ਸੁੱਖੀ ਯਕੀਨ ਨਹੀਂ ਹੋ ਰਿਹਾ ਕਿ ਸੁੱਖੀ ਅੱਜ ਵੀ ਮੈਨੂੰ ਓਨਾ ਹੀ ਪਿਆਰ ਕਰਦਾ। ਕਿਉਂ ਪ੍ਰੀਤ, ਮੈਥੋਂ ਕਾਹਦੀ ਸੰਗ ਆ ਯਾਰ, ਘੁੰਡ ਘੰਡ ਤਾਂ ਚੱਕ ਹੀ ਬਹਿ ਜਾ ਕਰ। ਹੈ ਦੇਖ ਲਾ, ਆਪਾਂ ਪਹਿਲਾਂ ਹੀ ਤਿਆਰੀਆਂ ਕਰੀ ਜਾਂਦੇ ਵਿਆਹਾਂ ਦਾ, ਲਿਖਿਆ ਤਾਂ ਆਪਣਾ ਵਿਆਹ ਹੋਣਾ ਹੁਣ ਸੀ। ਹੈ ਅੱਛਾ ਜੀ, ਮੈਨੂੰ ਇੱਕ ਸਮਝ ਨਹੀਂ ਆਉਂਦੀ, ਤੁਸੀਂ ਬਾਪੂ ਦੇ ਕਹਿਣ 'ਤੇ ਨਾ ਕਿਉਂ ਕੀਤੀ? ਤੁਹਾਨੂੰ ਪਤਾ ਤੁਹਾਡੀ ਇੱਕ ਨਾਂ ਨੇ ਮੈਨੂੰ ਕਿੰਨਾ ਰਵਾਇਆ। ਬਸ ਜੋ ਰੱਬ ਨੇ ਕਰਮਾਂ 'ਚ ਲਿਖਿਆ ਨਾ ਕਿਸਮਤ 'ਚ, ਉਹ ਹੋ ਕੀ ਖੜਦਾ ਹੁੰਦਾ ਗਾ, ਬਾਕੀ ਦੂਜੀ ਗੱਲ ਦਾਣੇ ਪਾਣੀ ਦੀ ਹੁੰਦੀ ਆ। ਹੁਣ ਆਪਣੇ ਢੋਲਾਂ ਦਾ ਦਾਣਾ ਪਾਣੀ ਲਿਖਿਆ ਹੀ ਨਹੀਂ ਸੀ ਤੇਰੇ ਕਰਮਾਂ 'ਚ, ਫਿਰ ਨਹੀਂ ਮਿਲਿਆ, ਹੁਣ ਲਿਖਤਾ, ਹੁਣ ਬਸ ਤੂੰ ਆਪਣੇ ਘਰ ਆ ਗਈ। ਸਾਰੀ ਗੱਲ ਦਾਣੇ ਪਾਣੀ ਦੀ ਹੁੰਦੀ ਹੈਗੀ, ਕੌਣ ਕਿਸੇ ਦਾ ਖਾਂਦਾ ਹੈ, ਦਾਣਾ ਪਾਣੀ ਖਿੱਚ ਕੇ ਲਿਆਉਂਦਾ, ਬਸ ਇਹ ਗੱਲ ਹੁੰਦੀ ਆ। ਹੁਣ ਕੀ ਕਰ ਸਕਦੇ ਹਾਂ, ਆ ਦਿਨਾਂ ਦੀ ਆਸ ਹੀ ਛੱਡਤੀ ਸੀ ਵੀ ਕਦੇ ਆਪਾਂ ਵੀ ਫਿਰ ਕਦੇ ਮਿਲ ਜਾਂਗੇ। ਚੱਲ ਬਾਕੀ ਇੱਕ ਗੱਲ ਹੋਈ, ਜੋ ਕਰਦਾ ਕਹਿੰਦੇ ਰੱਬ ਚੰਗੇ ਵਾਸਤੇ ਕਰਦਾ ਹੁੰਦਾ, ਤੇਰਾ ਮੇਰੇ 'ਤੇ ਵਿਸ਼ਵਾਸ ਵੀ ਬਹੁਤ ਜ਼ਿਆਦਾ ਬਣ ਗਿਆ, ਕਿਉਂਕਿ ਤੂੰ ਸੋਚਦੀ ਹੋਏਗੀ ਹੈ ਨਾ ਬਈ ਮੈਂ ਵਿਆਹ ਵੀ ਕਰਾ ਲਿਆ, ਕਿਵੇਂ ਵੀ ਆ ਬਈ ਬੰਦਾ ਮੇਰੇ ਨਾਲ ਵਿਆਹ ਕਰਾਊਗਾ, ਪਤਾ ਨਹੀਂ ਨਹੀਂ ਕਰਾਊਗਾ, ਮੈਂ ਤੇਰੇ ਨਾਲ ਫਿਰ ਵੀ ਵਿਆਹ ਕਰਾ ਲਿਆ, ਮੈਨੂੰ ਪਤਾ ਜੀ ਤੂੰ ਕਿਸੇ ਦੀ ਹੋਰ ਦੀ ਹੋ ਗਈ, ਪਰ ਮੈਂ ਤੇਰੀ ਰੂਹ ਨੂੰ ਪਿਆਰ ਕਰਦਾ ਸੀ, ਮੈਂ ਤੇਰੇ ਜਿਸਮ ਨੂੰ ਪਿਆਰ ਨਹੀਂ ਸੀ ਕਰਦਾ, ਕਿਉਂਕਿ ਜਿਸਮ ਤਾਂ ਚਾਹੇ ਕਿਸੇ ਨਾਲ ਤੇਰੇ ਹੋਰ ਵੀ ਸੰਬੰਧ ਬਣ ਗਏ ਹੈ ਨਾ, ਜਿਸਮ ਤਾਂ ਤੇਰਾ ਬਦਲ ਗਿਆ ਹੋਊ ਪਰ ਰੂਹ ਤਾਂ ਤੇਰੀ ਉਹੀ ਰਹਿੰਦੀ ਨਾ, ਮੈਂ ਤਾਂ ਰੂਹ ਬਾਰੇ ਸੋਚਦਾ ਗਾ। ਤੁਹਾਨੂੰ ਕੀ ਲੱਗਦਾ ਵੀ ਮੈਂ ਬਦਲ ਗਈ ਜਾਂ ਮੈਂ ਤੇਰੇ ਨਾਲ ਕਿਤੇ ਵਾਅਦੇ ਭੁੱਲ ਗਈ? ਤੁਹਾਨੂੰ ਪਤਾ ਮੇਰੇ ਵਿਆਹ ਨੂੰ 2 ਮਹੀਨੇ ਹੋਏ ਸੀ, ਤੇ 2 ਮਹੀਨਿਆਂ ਦੇ ਵਿੱਚ ਕਦੇ ਉਸ ਬੰਦੇ ਨੇ ਮੇਰੇ ਕੰਨੀ ਅੱਖ ਚੱਕ ਕੇ ਨਹੀਂ ਸੀ ਦੇਖਿਆ, ਉਹ ਆਪਣੇ ਨਸ਼ੇ 'ਚ ਹੀ ਰਹਿੰਦਾ ਸੀ, ਉਹਨੇ ਆਉਣਾ ਅਤੇ ਪੈ ਜਾਣਾ। ਮੈਂ ਤੇਰੀ ਗੱਲ, ਕਈ ਵਾਰ ਤਾਂ ਉਹਦੇ ਨਸ਼ੇ ਦੀ ਹਾਲਤ ਦਾ ਉਹਦੇ ਯਾਰ ਦੋਸਤ ਉਹਨੂੰ ਛੱਡਣ ਆਉਂਦੇ ਸੀ, ਉਹ ਵੀ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦੇ ਸੀ। ਮੈਂ ਤੇਰੇ ਪਿੱਛੋਂ ਬਹੁਤ ਹੰਡਾਇਆ, ਬਹੁਤ ਹੰਡਾਇਆ, ਮੈਂ ਆਹ ਦਿਨ ਮਰ ਕੇ ਲਿਆ। ਮੈਨੂੰ ਤਾਂ ਉਮੀਦ ਵੀ ਨਹੀਂ ਸੀ, ਮੈਂ ਤਾਂ ਆਸ ਵੀ ਛੱਡਤੀ ਸੀ ਆਹ ਦਿਨਾਂ ਦੀ। ਜਦੋਂ ਬਾਪੂ ਜੀ ਨੇ ਮੈਨੂੰ ਤੁਹਾਡੇ ਬਾਰੇ ਕਿਹਾ ਸੀ ਨਾ,
ਮੈਂ ਸੋਚਦੀ ਸੀ ਵੀ ਹੁਣ ਕਿਉਂ ਕਰਾਊਗਾ ਮੇਰੇ ਨਾਲ ਵਿਆਹ ਜਦੋਂ ਉਹਨੇ ਉਦੋਂ ਹੀ ਨਹੀਂ ਕਰਾਇਆ। ਯਾਰ ਮੈਂ ਤੈਨੂੰ ਪਿਆਰ ਕਰਦਾ ਤਾਂ ਵਿਆਹ ਕਰਾਇਆ, ਬਾਕੀ ਜਿਹੜੇ ਨਸ਼ੇ ਪੱਤੇ ਵਾਲੇ ਬੰਦੇ ਹੁੰਦੇ ਨੇ ਨਾ ਉਹਨੂੰ ਸਿਰਫ ਆਪਣੇ ਤੱਕ ਨਸ਼ੇ ਤੱਕ ਮਤਲਬ ਹੁੰਦਾ, ਦੁਨੀਆਦਾਰੀ ਵਿਆਹ ਜਾਂ ਘਰ ਵਾਲੀ ਜਾਂ ਸੰਬੰਧ ਬਣਾਉਣੇ ਜਾਂ ਅਗਲੀ ਪੀੜ੍ਹੀ ਬਾਰੇ ਸੋਚਣਾ, ਉਹਨਾਂ ਨੂੰ ਇਹ ਚੀਜ਼ ਨਾਲ ਕੋਈ ਸੰਬੰਧ ਨਹੀਂ ਹੁੰਦਾ। ਉਹਨਾਂ ਨੂੰ ਚਾਹੀਦਾ ਬਸ ਨਸ਼ਾ, ਨਸ਼ੇ ਲਈ ਪੈਸੇ, ਨਸ਼ੇ ਲਈ ਉਹ ਕੁਛ ਵੀ ਕਰ ਸਕਦੇ ਨੇ, ਆਪਣਾ ਘਰ ਪਰਿਵਾਰ ਘਰ ਵਾਲੀ ਸਮਾਨ ਕੁਛ ਵੀ ਵੇਚ ਸਕਦੇ ਨੇ। ਇਹ ਤਾਂ ਹੈ, ਪਰ ਇੱਕ ਗੱਲ ਹੋਰ ਵੀ ਹੈ, ਜੇ ਉਹ ਨਸ਼ਾ ਨਾ ਵੀ ਕਰਦਾ ਹੁੰਦਾ ਤੇਰੇ ਜਿੰਨੀ ਖੁਸ਼ ਤਾਂ ਮੈਂ ਉਹਦੇ ਨਾਲ ਫਿਰ ਵੀ ਨਹੀਂ ਰਹਿਣੀ ਸੀ, ਨਾ ਹੀ ਤੇਰੇ ਜਿੰਨਾ ਖੁਸ਼ ਕੋਈ ਰੱਖ ਸਕਦਾ। ਮੈਂ ਵੀ ਜਿੰਨਾ ਮੈਂ ਤੇਰੇ ਨਾਲ ਖੁਸ਼ ਰਹਿ ਸਕਦਾ ਨਾ ਕਿਸੇ ਨਾਲ ਹੀ ਰਹਿ ਸਕਦਾ, ਇਸ ਕਰਕੇ ਮੈਂ ਤੇਰੇ ਆਉਣ ਤੋਂ ਬਾਅਦ ਵੀ ਵਿਆਹ ਨਹੀਂ ਕਰਵਾਇਆ। ਮੈਨੂੰ ਇੱਕ ਉਮੀਦ ਸੀ ਕਿ ਜੇ ਮੇਰਾ ਵਿਆਹ ਹੋਊਗਾ ਉਹਦੇ ਨਹੀਂ ਹੋਊਗਾ, ਨਹੀਂ ਹੋਊਗਾ ਨਹੀਂ, ਬਸ ਰੱਬ ਨੇ ਐਵੇਂ ਲਿਖਿਆ ਸੀ। ਮੈਂ ਥੋੜ੍ਹਾ ਜਿਹਾ ਲੇਟ ਹੋਣਾ ਸੀ ਪਰ ਹੋ ਤਾਂ ਗਿਆ। ਮੱਖੀ ਹੁਣ ਪਿਆਰ ਪੂਰ ਦੀਆਂ ਗੱਲਾਂ ਕਰ ਲਈਏ, ਆਪਾਂ ਤਾਂ ਕਿਸੇ ਜਿਹੇ ਦੁੱਖ ਭਰੀਆਂ ਗੱਲਾਂ ਲੈ ਕੇ ਬਹਿ ਗਏ ਹੈ, ਉਹ ਵੀ ਕਰਨੀਆਂ ਜ਼ਰੂਰੀ ਹੈ। ਮੈਂ ਕਰ ਮੇਰੇ ਵਾਸਤੇ ਜਾ ਕੇ ਦੁੱਧ ਦੱਧ ਲਿਆ ਫਿਰ ਫਰਿੱਜ 'ਤੇ ਪਿਆ ਗਾ, ਉਸ ਤੋਂ ਬਾਅਦ ਆਪਾਂ ਪਿਆਰ ਪੂਰ ਦੀਆਂ ਗੱਲਾਂ ਕਰਦੇ ਹਾਂ, ਠੀਕ ਆ? ਠੀਕ ਹੈ। ਹੋਰ ਆਏ 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 ਆਏ, ਠੰਡ ਬੜੀ ਹੋਈ ਪਈ ਆ।